ਸਾਡੀ ਟੀਮ ਹਰਮਨ ਕਲਿਕਸ ਅਤੇ APS ਟੈਕ ਸੈਂਟਰ ਤੋਂ ਅਸੀਂ ਪਹੁੰਚੇ ਹਾਂ ਤੁਹਾਡੇ ਕੋਲ। ਅੱਜ ਤੁਹਾਡਾ ਜਿਹੜਾ ਸਕੂਲ ਦਾ ਇਵੈਂਟ ਹੈਗਾ ਅਸੀਂ ਉਹ ਰਿਕਾਰਡ ਕੀਤਾ ਹੈ, ਅਤੇ ਅਸੀਂ ਤੁਹਾਡੇ ਤੋਂ ਜਾਣਕਾਰੀ ਚਾਹੁੰਦੇ ਸੀਗੇ। ਜਿਹੜਾ ਇਹ ਸਕੂਲ ਹੈ, ਸਰਕਾਰੀ ਸਕੂਲ ਹੈ, ਉਹਦਾ ਨਾਮ ਜਥੇਦਾਰ ਸਰਦਾਰ ਕੌਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੈ। ਉਹ ਜਿਹੜਾ ਜਥੇਦਾਰ ਕੌਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੈ, ਉਹ ਨੇਮ ਦੇ ਨਾਲ ਥੋੜ੍ਹਾ ਸੰਬੰਧਿਤ ਜਿਹੜੀ ਇਤਿਹਾਸ ਹੈਗਾ, ਸਾਨੂੰ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ। ਜਥੇਦਾਰ ਕੌਰ ਸਿੰਘ ਜੀ ਅੱਜ ਤੋਂ ਕੋਈ 45-50 ਸਾਲ ਪਹਿਲਾਂ ਨਮੋਲ ਪਿੰਡ ਦੇ ਸਰਪੰਚ ਹੁੰਦੇ ਸੀ। ਠੀਕ ਹੈ ਜੀ। ਵਧੀਆ ਲੈਂਡਲੋਰਡ ਪਰਿਵਾਰ ਸੀ, ਅਤੇ ਇਹਨਾਂ ਨੇ ਜਦੋਂ ਇਹ ਪ੍ਰਾਇਮਰੀ ਸਕੂਲ ਬਣਿਆ ਤਾਂ ਇੱਥੇ ਸਕੂਲ ਦੇ ਵਾਸਤੇ ਜਗ੍ਹਾ ਨਹੀਂ ਸੀ। ਇਹਨਾਂ ਨੇ 6 ਵਿੱਘੇ 5 ਵਿਸਵੇ ਜਗ੍ਹਾ ਜਿਹੜੀ ਆ ਜਿੱਥੇ ਆਪਾਂ ਬੈਠੇ ਹਾਂ, ਹਾਂਜੀ, ਅਤੇ ਇਹ ਸਕੂਲ ਨੂੰ ਦਾਨ ਕੀਤੀ ਸੀ। ਠੀਕ ਹੈ ਜੀ। ਅਤੇ ਇਸ ਕਰਕੇ ਬਾਅਦ ਦੇ ਵਿੱਚ ਫਿਰ ਉਹਨਾਂ ਦੇ ਨਾਂ 'ਤੇ, ਇਹ ਕਾਫੀ ਸਾਲਾਂ ਬਾਅਦ ਉਹਨਾਂ ਦੇ ਨਾਂ 'ਤੇ ਜਥੇਦਾਰ ਕੌਰ ਸਿੰਘ ਜੀ ਦੀ ਯਾਦ ਵਿੱਚ ਇਹ ਸਕੂਲ ਦਾ ਨਾਂ ਰੱਖਿਆ ਗਿਆ। ਹਾਂਜੀ, ਕੀ ਨਾਮ ਆਪਣਾ? ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਸਿੰਘ ਜੀ, ਤੁਸੀਂ ਇਹ ਜੋ ਬਣਾਇਆ ਮਾਡਲ, ਇਹ ਕੀ ਬਣਾਇਆ, ਸਾਨੂੰ ਇਹਦੇ ਬਾਰੇ ਥੋੜ੍ਹਾ ਜਾਣਕਾਰੀ ਦਿਓਗੇ? ਇਹ ਜੀ, ਅਸੀਂ ਨੇ ਇੰਡੀਆ ਦਾ ਮੈਪ ਬਣਾਇਆ ਜੀ। ਠੀਕ ਹੈ ਜੀ। ਇਸ ਦੇ ਵਿੱਚ 13 ਨਦੀਆਂ ਵਿਖਾਈਆਂ ਗਈਆਂ ਨੇ, ਜਿਹੜੀ ਜਿਹੜੀ ਵਗਦੀ ਹੈ ਜੀ, ਅਤੇ ਦੀਪ ਸਮੂਹ ਦਿਖਾਏ ਗਏ ਨੇ ਜੋ ਕਿ ਸਾਨੂੰ ਆਪਾਂ ਨੂੰ ਦਿਖ ਰਹੇ ਨੇ ਜੀ। ਠੀਕ ਹੈ। ਅੱਜ ਮੈਂ ਅੰਮ੍ਰਿਤਪਾਲ ਸਿੰਘ ਐਂਡ ਸਾਡੀ ਟੀਮ ਹਰਮਨ ਕਲਿਕਸ ਤੋਂ, ਅਸੀਂ ਅੱਜ ਪਹੁੰਚੇ ਜਥੇਦਾਰ ਕੌਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਨਮੋਲ, ਅਤੇ ਅਸੀਂ ਅੱਜ ਇੱਥੇ ਜਿਹੜੇ ਇੱਥੋਂ ਦੇ ਟੀਚਰ ਨੇ, ਇਹਨਾਂ ਨੇ ਬੱਚਿਆਂ ਨੂੰ ਟ੍ਰੇਨਿੰਗ ਦੇ ਲਈ SS ਦੇ ਟੀਚਰਾਂ ਨੇ ਇੱਕ ਸਪੈਸ਼ਲ ਮਤਲਬ ਔਰਗੇਨਾਈਜ਼ ਕੀਤਾ ਪ੍ਰੋਗਰਾਮ, ਅਤੇ ਉਹਦੇ ਬਾਰੇ ਅਸੀਂ SS ਦੇ ਟੀਚਰ ਨੇ ਜਿਹੜੇ ਉਹਨਾਂ ਨਾਲ ਗੱਲ ਕਰਾਂਗੇ। ਆਪਣਾ ਕੀ ਨਾਮ ਆ ਜੀ? ਗੁਰਤੇਜ ਸਿੰਘ। ਗੁਰਤੇਜ ਸਿੰਘ ਜੀ, ਗੁਰਤੇਜ ਸਿੰਘ ਜੀ, ਜੋ ਤੁਸੀਂ ਇਹ ਬੱਚਿਆਂ ਲਈ ਮਾਡਲ ਤਿਆਰ ਕੀਤਾ ਹੈਗਾ, ਹਾਂਜੀ, ਇਹਦੇ ਵਿੱਚ ਆਪਾਂ ਕੀ ਦਿਖਾਇਆ ਗਿਆ ਅਤੇ ਬੱਚਿਆਂ ਨੂੰ ਕੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਆਪਾਂ ਇਸ ਮਾਡਲ ਦੇ ਪ੍ਰਤੀ? ਇਹ ਮਾਡਲ, ਮੇਰੀ ਕੋਸ਼ਿਸ਼ ਸੀ ਬੱਚਿਆਂ ਨੂੰ ਵੀ ਫਿਜ਼ੀਕਲੀ ਪ੍ਰੈਕਟੀਕਲੀ ਤੌਰ ਦੇ ਉੱਤੇ ਜ਼ਮੀਨ ਦੇ ਉੱਤੇ ਵੱਡੇ ਆਕਾਰ 'ਤੇ ਭਾਰਤ ਦੀ ਭੂਗੋਲਿਕ ਸਥਿਤੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਠੀਕ ਹੈ। ਜਿਸ ਨਾਲ ਉਹ ਚੰਗੀ ਤਰ੍ਹਾਂ ਅੱਗੇ ਜਿੰਨੇ ਵੀ ਮੈਪ ਆਉਂਦੇ ਨੇ ਵੈਰੀਫਾਈ ਕਰ ਸਕਦੇ ਨੇ ਉਹ ਵੀ ਭਾਰਤ ਦੇ ਕਿਹੜੇ ਨਕਸ਼ੇ ਦੇ ਉੱਤੇ ਕਿਹੜੀ ਸਥਿਤੀ ਦੇ ਉੱਤੇ ਕਿੱਥੇ ਨਦੀਆਂ ਨੇ, ਇਹਦੇ ਵਿੱਚ ਕਿੱਥੇ ਦਰਿਆਈ ਇਲਾਕਾ, ਕਿੱਥੇ ਪਹਾੜੀ ਇਲਾਕਾ, ਅਤੇ ਭਾਰਤ ਦੇ ਕਿਹੜੇ ਸਾਈਡ ਦੇ ਉੱਤੇ ਕਿਹੜੀ ਨਦੀਆਂ ਵਗਦੀਆਂ ਨੇ, ਅਤੇ ਨਾਲ ਕਿਹੜੇ ਕਿਹੜੇ ਗਵਾਂਢੀ ਰਾਜ ਨੇ, ਇਹਦੇ ਬਾਰੇ ਭੂਗੋਲਿਕ ਖਿੱਤੇ ਦੀ ਜਾਣਕਾਰੀ ਦਿੰਦਾ ਹੋਇਆ ਮੈਂ ਅੱਗੇ। ਹਾਂਜੀ, ਥੋੜ੍ਹਾ ਐਕਸਪਲੇਨ ਕਰ ਦਿਓ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਇਸ ਮੈਪ ਦੇ ਵਿੱਚ ਅਸੀਂ ਫਿਜ਼ੀਕਲੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਬੱਚਿਆਂ ਨੂੰ ਭਾਰਤ ਦੀਆਂ ਨਦੀਆਂ। ਜੇ ਅਸੀਂ ਉੱਪਰਲੀ ਸ਼੍ਰੀਨਗਰ ਦੀ ਸਾਈਡ ਦੇਖੀਏ ਵੀ ਆਪਣੇ 5 ਦਰਿਆ ਪ੍ਰਮੁੱਖ ਸੀਗੇ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਅਤੇ ਉਸ ਤੋਂ ਨੀਚੇ ਅਸੀਂ ਹਿਮਾਲਿਆ ਦੇ ਜੜ੍ਹਾਂ ਦੇ ਵਿੱਚ ਮਾਊਂਟ ਐਵਰੈਸਟ ਸਾਈਡ ਦੇ ਨੀਚੇ ਦੇਖਦੇ ਹਾਂ ਅਸੀਂ ਵੀ ਗੰਗਾ ਅਤੇ ਜਮਨਾ ਦੋ ਆਪਣੀਆਂ ਭਾਰਤ ਦੀਆਂ ਪ੍ਰਮੁੱਖ ਨਦੀਆਂ ਵਗਦੀਆਂ ਨੇ ਜਿਹੜੀ ਬੰਗਾਲ ਦੀ ਖਾੜੀ ਦੇ ਵਿੱਚ ਆ ਕੇ ਡਿੱਗ ਜਾਂਦੀਆਂ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਇਸ ਤਰ੍ਹਾਂ ਹੀ ਨੀਚੇ ਸਾਊਥ ਸਾਈਡ ਆਉਂਦੇ ਹਾਂ ਆਪਾਂ, ਸਾਊਥ ਸਾਈਡ ਬੰਗਾਲ ਦੀ ਖਾੜੀ ਵਾਲੀ ਸਾਈਡ ਹੀ ਮਹਾਨਦੀ ਵਗਦੀ ਆ, ਉਸ ਤੋਂ ਨੀਚੇ ਗੋਦਾਵਰੀ ਆ, ਅਤੇ ਉਸ ਤੋਂ ਨੀਚੇ ਕ੍ਰਿਸ਼ਨਾ, ਅਤੇ ਉਸ ਤੋਂ ਨੀਚੇ ਕਾਵੇਰੀ ਆ। ਇਹ ਬੰਗਾਲ ਸਾਈਡ ਦੀਆਂ ਜਿਹੜੀਆਂ ਬੰਗਾਲ ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਜਾ ਕੇ ਡਿੱਗਦੀਆਂ ਨੇ ਇਹ ਪ੍ਰਮੁੱਖ ਨਦੀਆਂ ਨੇ। ਉਸ ਤੋਂ ਬਾਅਦ ਆਪਾਂ ਭਾਰਤ ਦੇ ਪੱਛਮ ਵਾਲੇ ਪਾਸੇ ਦੇਖਦੇ ਹਾਂ ਵੀ ਅਰਬ ਸਾਗਰ ਵਗਦਾ। ਠੀਕ ਹੈ ਜੀ। ਅਤੇ ਅਰਬ ਸਾਗਰ ਵੱਲ ਦੋ ਨਦੀਆਂ ਨੇ, ਨਰਮਦਾ ਅਤੇ ਤਾਪਤੀ। ਠੀਕ ਹੈ ਜੀ। ਜਿਹੜੀਆਂ ਕਿ ਅਰਬ ਸਾਗਰ ਵਿੱਚ ਡਿੱਗਦੀਆਂ ਨੇ, ਅਤੇ ਨਾਲ ਹੀ ਬੱਚਿਆਂ ਨੂੰ ਪਤਾ ਲੱਗਦਾ ਵੀ ਭਾਰਤ ਦੇ ਨਿਚਲੇ ਪਾਸੇ 3 ਪ੍ਰਮੁੱਖ ਦਰਿਆ, ਜਿਹੜੀ ਇੱਕ ਸਾਈਡ ਬੰਗਾਲ ਦੀ ਖਾੜੀ, ਨਿਚਲੇ ਸਾਈਡ ਹਿੰਦ ਮਹਾਸਾਗਰ, ਅਤੇ ਉਸ ਤੋਂ ਬਾਅਦ ਗੁਜਰਾਤ ਸਾਈਡ ਜਿਹੜਾ ਅਰਬ ਸਾਗਰ ਲੱਗਦਾ। ਅਤੇ ਇਹ ਭਾਰਤ ਦੇ ਭੂਗੋਲਿਕ ਦੀ ਦਰਿਆਵਾਂ ਅਤੇ ਨਦੀਆਂ ਦੀ ਜਾਣਕਾਰੀ ਬਾਰੇ ਸੀਗਾ। ਅਤੇ ਨਾਲ ਹੀ ਜੇ ਭਾਰਤ ਦੇ ਆਪਾਂ ਗਵਾਂਢੀ ਰਾਜਾਂ ਦੀ ਗੱਲ ਕਰੀਏ ਤਾਂ ਅਸੀਂ ਨੀਚੇ ਵਾਲੇ ਪਾਸੇ ਦੇਖਦੇ ਹਾਂ ਭਾਰਤ ਦੇ ਸ਼੍ਰੀਲੰਕਾ, ਅਤੇ ਉਸ ਪਾਸੇ ਬ੍ਰਹਮਪੁੱਤਰਾ ਤੋਂ ਉੱਪਰ ਦੇਖਦੇ ਹਾਂ ਆਪਾਂ ਚੀਨ ਆ ਭਾਰਤ ਦੇ ਪੂਰਬ ਵਾਲੇ ਪਾਸੇ, ਅਤੇ ਜੇ ਅਸੀਂ ਭਾਰਤ ਦੇ ਪੱਛਮ ਵਾਲੇ ਪਾਸੇ ਕਰੀਏ ਤਾਂ ਉਹ ਪਾਕਿਸਤਾਨ ਆ ਜਾਂਦਾ। ਪਾਕਿਸਤਾਨ ਦੇ ਉੱਪਰਲੇ ਪਾਸੇ ਭਾਰਤ ਦੇ ਆਪਾਂ ਨਿਗਾਹ ਮਾਰੀਏ ਉੱਧਰ ਅਫਗਾਨਿਸਤਾਨ ਆ ਜਾਂਦਾ। ਅਤੇ ਨਾਲ ਦੀ ਨਾਲ ਉਹ ਵੀ ਦਿਖਾਏ ਗਏ ਨੇ ਵੀ ਸਿੰਧ ਦਰਿਆ ਦੇ ਨਾਲ ਪਹਾੜਾਂ ਦੇ ਵਿਚਕਾਰ ਦੀ ਜਿਹੜਾ ਇਲਾਕਾ ਦਿਖਾਇਆ ਗਿਆ ਪੱਧਰ, ਉਹ ਖੈਬਰ ਦਰਿਆ, ਖੈਬਰ ਦਰੇ ਨੇ ਜਿਹੜੇ ਉਹ ਦੋ ਪਹਾੜਾਂ ਦੇ ਵਿਚਕਾਰ ਦੀ ਜਗ੍ਹਾ ਸੀ। ਜਿੰਨੇ ਵੀ ਭਾਰਤ ਦੇ ਵਿੱਚ ਹਮਲਾਵਰ ਮੈਦਾਨੀ ਇਲਾਕੇ ਵਿੱਚ ਦੀ ਆਏ ਸੀਗੇ, ਉਹ ਸਾਰੇ ਦੇ ਸਾਰੇ ਉਹ ਖੈਬਰ ਦਰਿਆ ਵਿੱਚ ਦੀ ਆਪਣੇ ਸੈਨਾ ਨੂੰ ਪੈਦਲ ਲੈ ਕੇ ਪੰਜਾਬ ਦੇ ਵਿੱਚ ਦੀ ਸਤਲੁਜ ਸਿੰਧ ਦਰਿਆ ਤੋਂ ਪਾਕਿਸਤਾਨ ਤੋਂ ਹੁੰਦੇ ਹੋਏ ਭਾਰਤ ਦੇ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ ਸੀ, ਜਿੰਨੇ ਵੀ ਮੁਗਲ ਹਮਲਾਵਰ ਸੀਗੇ। ਠੀਕ ਹੈ ਜੀ। ਅਤੇ ਨਾਲ ਹੀ ਜਿਹੜੀਆਂ ਹਿਮਾਲਿਆ ਪਰਬਤ ਦਿਖਾਉਂਦੇ ਹੋਏ ਜਿਹੜਾ ਕਿ ਪੂਰਬ ਤੋਂ ਲੈ ਕੇ ਪੱਛਮ ਤੱਕ ਵਗਦਾ ਹੈ, ਆਪਾਂ ਉੱਤਲ ਲੈਂਜ ਦੀ ਆਕਾਰ ਦੇ ਵਾਂਗੂ ਮੰਨਦੇ ਹਾਂ ਇਸ ਨੂੰ, ਅਤੇ ਇਹਦੀਆਂ ਪ੍ਰਮੁੱਖ ਜਿਹੜੀਆਂ ਚੋਟੀਆਂ ਸਨ K2
K2 ਆ ਜਿਹੜੀ ਗੋਡਵਿਨ ਆਸਟਿਨ ਆ ਉਹਦੀ ਲਗਭਗ ਜਿਹੜੀ 8611 ਮੀਟਰ ਉੱਚਾਈ ਆ ਵਰਲਡ ਦੀ ਸਭ ਤੋਂ ਉੱਚੀ ਜਿਹੜੀ ਅੱਜ ਚੱਲ ਰਹੀ ਹੈ ਲੇਟੈਸਟ ਚੋਟੀ ਆ ਅਤੇ ਨਾਲ ਦੀ ਨਾਲ ਹੀ ਚੀਨ ਵੀ ਦਿਖਾਇਆ ਗਿਆ ਅਤੇ ਮਾਊਂਟ ਐਵਰੈਸਟ ਜਿਹੜਾ ਨੇਪਾਲ ਦੇ ਉੱਪਰ ਆ ਅਤੇ ਨਾਲ ਹੀ ਕੰਚਨਜੰਗਾ ਜਿਹੜੀ ਹੈਗੀ ਆ 8598 ਮੀਟਰ ਇਹ ਤਿੰਨ ਪ੍ਰਮੁੱਖ ਭਾਰਤ ਦੀਆਂ ਚੋਟੀਆਂ ਸਨ ਅਤੇ ਇਸ ਤੋਂ ਇਲਾਵਾ ਬੱਚਿਆਂ ਨੂੰ ਤੁਸੀਂ ਪੁੱਛ ਸਕਦੇ ਹੋ ਵੀ ਇਹ ਲੋਕੇਸ਼ਨ ਨੂੰ ਦੇਖ ਕੇ ਕੱਲ੍ਹ ਨੂੰ ਜਿੰਨੇ ਵੀ ਮੈਪ ਉਹਨਾਂ ਨੇ ਇਤਿਹਾਸ SST ਦੇ ਵਿੱਚ ਇਸ ਪ੍ਰੈਕਟੀਕਲੀ ਦੇਖ ਕੇ ਠੀਕ ਹੈ ਚਾਰਟ ਦੇ ਨਾਲ ਆਸਾਨੀ ਦੇ ਨਾਲ ਉਹ ਆਪਣਾ ਮੈਪ ਕਵਰ ਪੂਰਾ ਕਰ ਸਕਦੇ ਹਨ। ਕਿਤਾਬਾਂ ਦੇ ਵਿੱਚ ਜੋ ਮਤਲਬ ਲਿਖਿਆ ਹੋਇਆ ਉਹ ਪ੍ਰੈਕਟੀਕਲ ਰੂਪ ਦੇ ਵਿੱਚ ਆਪਾਂ ਨੂੰ ਉਹਨਾਂ ਨੂੰ ਦਿਖਾਇਆ ਗਿਆ ਇਹ। ਹਾਂਜੀ ਮਿੱਟੀ ਦੇ ਉੱਤੇ ਇਕੱਲੀਆਂ ਕਿਤਾਬਾਂ ਦੇ ਵਿੱਚ ਸਮਝ ਨਹੀਂ ਆਉਂਦਾ ਆਪਾਂ ਨੂੰ ਵੀ ਕਿਹੜੀ ਚੀਜ਼ ਕਿੱਥੇ ਹੈਗੀ ਆ, ਉਹ ਤੁਸੀਂ ਇਹਨਾਂ ਨੂੰ ਉਹ ਮੈਨੂਅਲੀ ਬੱਚਿਆਂ ਦੇ ਉੱਤੋਂ ਤਿਆਰ ਕਰਵਾਈ ਹੈ ਇਹ। ਹਾਂ ਅੰਡੇਮਾਨ ਦੀਪ ਸਮੂਹ ਦਿਖਾਏ ਨੇ ਅਤੇ ਲਕਸ਼ਦੀਪ ਸਮੂਹ ਦਿਖਾਏ ਨੇ ਜਿਹੜੇ ਭਾਰਤ ਦੇ ਹੀ ਹਿੱਸੇ ਨੇ ਜੀ ਮਹੱਤਵਪੂਰਨ। ਆਪਾਂ ਦੇਖਦੇ ਹਾਂ ਵੀ ਕੋਈ ਵੀ ਦੀਪ ਹੁੰਦਾ ਉਹਦੇ ਚਾਰੇ ਪਾਸੇ ਪਾਣੀ ਹੁੰਦਾ, ਇਹ ਜਿਹੜੇ ਛੋਟੇ ਛੋਟੇ ਟਾਪੂ ਨੇ 151 ਦੇ 250 ਇੱਕ ਪਾਸੇ ਨੇ ਇਹ, ਅਤੇ ਇਹਦੇ ਆਲੇ ਦੁਆਲੇ ਜਿੱਥੇ ਪਾਣੀ ਹੁੰਦਾ ਉਹਨੂੰ ਅਸੀਂ ਦੀਪ ਸਮੂਹ ਕਹਿੰਦੇ ਹਾਂ, ਜਿਹੜਾ ਵੱਡਾ ਆਕਾਰ ਦੇ ਉਹਦੇ ਉਹਨੂੰ ਅਸੀਂ ਮਹਾਂਦੀਪ ਕਹਿੰਦੇ ਹਾਂ। ਇਹ ਭਾਰਤ ਦੀ ਸਥਿਤੀ ਏਸ਼ੀਆ ਮਹਾਂਦੀਪ ਦੇ ਵਿੱਚ ਜਿਹੜੀ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਦੇਖੋ ਅਸੀਂ ਅੱਜ ਅਸੀਂ ਸਕੂਲ ਦੇ ਵਿੱਚ ਪਹੁੰਚੇ ਹਾਂ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਨਮੋਲ। ਇੱਥੋਂ ਦੇ ਟੀਚਰਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਬੱਚਿਆਂ ਦੇ ਲਈ ਸਹੀ ਐਜੂਕੇਸ਼ਨ ਦੇਣ ਦੇ ਲਈ, ਉਹਨਾਂ ਨੇ ਇਹ ਬਹੁਤ ਵੱਡਾ ਮਾਡਲ ਬਣਾਇਆ। ਇਹਦੇ ਵਿੱਚ ਸਾਰਾ ਇਨਫੋਰਮੇਸ਼ਨ ਦਿੱਤੀ ਆ, ਜੋ ਕਿਤਾਬਾਂ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਉਹਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਜਿੰਨਾ ਕੁ ਦਿਖਾਇਆ ਜਾ ਸਕਦਾ ਹੈ ਪ੍ਰੈਕਟੀਕਲ ਤੌਰ ਦੇ ਉੱਤੇ ਉਹ ਕਰਕੇ ਦਿਖਾਉਂਦੇ ਆ, ਬਹੁਤ ਵਧੀਆ ਉਪਰਾਲਾ ਹੈ। ਟੀਚਰ ਮਾਸਟਰ ਜਰਨੈਲ ਸਿੰਘ ਜੀ, ਅਤੇ ਇਹਨਾਂ ਨਾਲ ਗੱਲ ਕਰਦੇ ਹਾਂ, ਇਹਨਾਂ ਨੇ ਜਿਹੜਾ ਇਹ ਬੱਚਿਆਂ ਨਾਲ ਮਾਡਲ ਤਿਆਰ ਕੀਤਾ ਵੀ ਇਹ ਕੀ ਕੀਤਾ ਤਿਆਰ, ਥੋੜ੍ਹਾ ਜਿਹਾ ਐਕਸਪਲੇਨ ਕਰਨਗੇ ਇਹਨੂੰ ਮਾਡਲ ਨੂੰ। ਹਾਂਜੀ ਹਾਂਜੀ, ਅਸੀਂ ਨਾ ਇਹ ਜਿਹੜਾ ਮਾਡਲ ਤਿਆਰ ਕੀਤਾ ਹੈ ਇਹ ਸੂਰਜੀ ਪਰਿਵਾਰ ਹੈ। ਸੂਰਜੀ ਪਰਿਵਾਰ ਦੇ ਵਿੱਚ ਜਿਹੜਾ ਸਾਡਾ ਬ੍ਰਹਿਮੰਡ ਹੈ ਪਤਾਲ ਤੋਂ ਲੈ ਕੇ ਅਸਮਾਨ ਤੱਕ, ਇਹਦੇ 'ਚ ਗ੍ਰਹਿ ਨੇ, ਸੂਰਜ ਹੈ ਜਿਹੜੇ ਕਿ ਸੂਰਜ ਦੇ ਦੁਆਲੇ ਘੁੰਮਦੇ ਨੇ। ਆਮ ਤੌਰ 'ਤੇ ਪੁਰਾਤਨ ਸਮੇਂ ਦੇ ਵਿੱਚ ਇਹ ਭਰਮ ਭੁਲੇਖੇ ਰਹਿੰਦੇ ਸੀ ਵੀ ਸੂਰਜ ਤਾਂ ਇੱਕ ਥਾਂ ਸੂਰਜ ਘੁੰਮ ਰਿਹਾ ਅਤੇ ਬਾਕੀ ਗ੍ਰਹਿ ਇੱਕ ਥਾਂ ਖੜ੍ਹੇ ਨੇ। ਇਹ ਜਿਹੜਾ ਮਾਡਲ ਤਿਆਰ ਕਰਿਆ ਹੋਇਆ ਨਾ ਅਸੀਂ ਨੇ, ਇਹ ਬੱਚਿਆਂ ਦੇ ਹੱਥ ਦੇ ਵਿੱਚ ਹੈ। ਇਹ ਸੂਰਜ ਦਾ ਪਰਿਵਾਰ ਹੈ ਜਿਹੜਾ ਸਾਰਾ ਦਿਖਾਇਆ ਹੋਇਆ। ਇਸ ਦੇ ਵਿੱਚ 8 ਗ੍ਰਹਿ ਦਿਖਾਏ ਹੋਏ ਨੇ ਜਿਹੜੇ ਕਿ ਸੂਰਜ ਦੇ ਦੁਆਲੇ ਘੁੰਮਦੇ ਨੇ। ਇਹ ਲਾਲ ਰੰਗ ਦਾ ਅੱਗ ਦਾ ਗੋਲਾ ਜਿਹੜਾ ਉਹ ਸੂਰਜ ਰੂਪ ਹੈ ਉਹ ਦਿਖਾਇਆ ਗਿਆ। ਉਹਦੀਆਂ ਜਿਹੜੀਆਂ ਰੰਗ ਪੈਂਦੇ ਨੇ ਰੋਸ਼ਨੀ ਦੇ ਨਾਲ ਉਹ ਅਲੱਗ ਅਲੱਗ ਦਿਖਾਏ ਹੋਏ ਨੇ। ਨਾਲ ਅੱਗੇ ਗ੍ਰਹਿ ਦਿਖਾਏ ਹੋਏ ਨੇ, ਉਹ ਸੂਰਜ ਤੋਂ ਕਿੱਡੀ ਦੂਰ ਨੇ, ਕੀ ਉਹਨਾਂ ਦਾ ਆਕਾਰ ਹੈ, ਉਹ ਸਾਰਾ ਸਾਰਾ ਬੱਚੇ ਇਹ ਸਿੱਖਣ ਦੇ ਲਈ ਬੜੇ ਉਤਸੁਕ ਨੇ ਵੀ ਅਸੀਂ ਇਹਨਾਂ ਨੂੰ ਐਂ ਲੱਗਦਾ ਜਿਵੇਂ ਅਸੀਂ ਅਸਮਾਨ 'ਚ ਸਾਰੇ ਚੀਜ਼ ਨੂੰ ਅਸੀਂ ਦੇਖ ਰਹੀ ਉਹਦੇ ਉੱਤੇ ਖੜ੍ਹੇ ਹੋਈਏ। ਇਹ ਜਿੰਨੇ ਗ੍ਰਹਿ ਨੇ ਇਹ ਸਾਰੇ ਆਪਣੀ ਤਰਤੀਬ ਦੇ ਅਨੁਸਾਰ ਬਣਾਏ ਹੋਏ ਨੇਗੇ। ਇਹਨਾਂ ਦੀ ਨੰਬਰਿੰਗ ਹੈ ਉਹ ਸਾਰੀ ਤਰਤੀਬ ਦੇ ਵਿੱਚ ਬਣੀ ਹੋਈ ਹੈਗੀ। ਇਹਨੂੰ ਦੇਖ ਕੇ ਬੱਚੇ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਜਾਣਕਾਰੀ ਲੈ ਰਹੇ ਨੇ, ਬੜੇ ਰੌਚਕ ਢੰਗ ਦੇ ਨਾਲ ਇਸ ਤਰ੍ਹਾਂ ਇਹ ਸਿੱਖਦੇ ਨੇ। ਇਹ ਜੋ ਕੁਝ ਤਿਆਰ ਕੀਤਾ ਇਹ ਬੱਚਿਆਂ ਨੇ ਇਹ ਹੁਣ ਆਪਣੇ ਆਪ ਤਿਆਰ ਕੀਤਾ ਵੀ ਅਸੀਂ ਕਿਸ ਤਰ੍ਹਾਂ ਬ੍ਰਹਿਮੰਡ ਦੇ ਵਿੱਚ ਘੁੰਮ ਰਹੇ ਹਾਂ, ਕਿਸ ਤਰ੍ਹਾਂ ਸਾਡੀ ਪ੍ਰਕਿਰਿਆ ਹੈ, ਅਸੀਂ ਕਿਹੜਾ ਗ੍ਰਹਿ ਹਾਂ। ਇਹ ਸਾਰੇ ਬੱਚੇ ਇਹ ਬਣਾ ਕੇ ਇਹਤੋਂ ਸਿੱਖ ਕੇ ਅੱਜ ਆਪਣੇ ਆਪ ਨੂੰ ਦੱਸਣ ਦੇ ਲਈ ਇਹ ਸਾਰਾ ਕੁਝ ਤਿਆਰ ਨੇ ਵੀ ਅਸੀਂ ਕੀ ਹਾਂ। ਜੋ ਸਾਨੂੰ SSC ਟੀਚਰ ਮਾਸਟਰ ਜਰਨੈਲ ਸਿੰਘ ਜੀ ਨੇ ਹੁਣ ਇਨਫੋਰਮੇਸ਼ਨ ਦਿੱਤੀ ਸੀਗੀ ਗ੍ਰਹਿਆਂ ਬਾਰੇ, ਹੁਣ ਅਸੀਂ ਉਹਨਾਂ ਦੇ ਬੱਚਿਆਂ ਦੇ ਨਾਲ ਗੱਲ ਕਰਦੇ ਹਾਂ ਕਿ ਮਾਸਟਰ ਜੀ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਬੱਚੇ ਵਾਕਈ ਉਹ ਚੀਜ਼ ਨੂੰ ਸਿੱਖੇ ਆ, ਉਹਨਾਂ ਨੇ ਫੋਲੋ ਕੀਤਾ। ਹੁਣ ਅਸੀਂ ਇੱਕ ਸਟੂਡੈਂਟ ਦੇ ਨਾਲ ਗੱਲ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਮਾਡਲ ਤਿਆਰ ਕੀਤਾ ਵੀ ਉਹ ਕੀ ਬਣਾਇਆ ਹੋਇਆ ਅਤੇ ਕਿਹੜੇ ਗ੍ਰਹਿ ਦੀ ਉਹ ਗੱਲ ਕਰ ਰਿਹਾ। ਕੀ ਨਾਮ ਹੈ ਬੱਚੇ ਆਪਣਾ? ਸੰਦੀਪ ਸਿੰਘ। ਕਿਹੜੀ ਕਲਾਸ ਦੇ? 6ਵੀਂ। ਵੀ ਓਕੇ, ਕੀ ਤੁਸੀਂ ਮਾਡਲ ਤਿਆਰ ਕੀਤਾ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ ਸਾਨੂੰ। ਮੈਂ ਸੂਰਜ ਹਾਂ, ਮੈਂ ਸਾਰੀ ਦੁਨੀਆ ਨੂੰ ਰੋਸ਼ਨੀ ਦਿੰਦਾ ਹਾਂ। ਮੇਰਾ ਪਰਿਵਾਰ ਬਹੁਤ ਵੱਡਾ ਹੈ, ਮੇਰੇ 8 ਗ੍ਰਹਿ ਹਨ ਜੋ ਮੇਰੇ ਆਲੇ ਦੁਆਲੇ ਘੁੰਮਦੇ ਹਨ। ਇਹ ਗ੍ਰਹਿ ਇਹ ਕੀ ਬਣਾਇਆ ਹੋਇਆ ਸਾਨੂੰ ਇਹਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਦੇ ਦਿਓ ਸਰ ਜੀ। ਸੂਰਜੀ ਪਰਿਵਾਰ ਜੀ। ਇਹ ਸੂਰਜ ਪਰਿਵਾਰ ਹੈ, ਠੀਕ ਹੈ ਜੀ। ਹਾਂਜੀ ਬੱਚੇ ਆਪਣਾ ਕੀ ਨਾਮ ਹੈ? ਸੁਖਪ੍ਰੀਤ ਸਿੰਘ ਜੀ। ਸੁਖਪ੍ਰੀਤ ਸਿੰਘ ਕਿਹੜੀ ਕਲਾਸ 'ਚ ਪੜ੍ਹਦੇ ਹੋ? 6ਵੀਂ ਵੀ ਜੀ। 6ਵੀਂ ਵੀ ਦੇ ਵਿੱਚ ਤੁਸੀਂ ਜੋ ਇਹ ਮਾਡਲ ਬਣਾਇਆ ਦੱਸਿਆ ਧਰਤੀ ਬਾਰੇ, ਤੁਸੀਂ ਇਹਦੇ ਬਾਰੇ ਐਕਸਪਲੇਨ ਕਰੋ ਥੋੜ੍ਹਾ ਜਿਹਾ।
मैं धरती हाँ, मैं सारी दुनिया नूं रज्जी रोटी दिंदी हाँ। मैं इसलिए मैनूं सारे धरती माँ कहिंदे हन। मेरा आकार 12,756 किलोमीटर है। मैं सूरज तों 149 मिलियन मीटर दूर हाँ। मेरा एक उपग्रह है जिस नूं चंद कहिंदे हन। ठीक है, ਨਾਮ ਆਪਣਾ? ਗੁਰਸ਼ਰਨਪ੍ਰੀਤ ਕੌਰ ਜੀ। ਗੁਰਸ਼ਰਨਪ੍ਰੀਤ ਕੌਰ, ਕਿਹੜੀ ਕਲਾਸ ਦੇ ਸਟੂਡੈਂਟ ਹੋ? 7th ਬੀ ਜੀ। ਕੀ ਮਾਡਲ ਬਣਾਇਆ ਬੱਚੇ ਤੁਸੀਂ ਇਹ? ਮਿੱਟੀ ਦੀਆਂ ਕਿਸਮਾਂ ਜੀ। ਹਾਂਜੀ, ਥੋੜਾ ਦੱਸੋਗੇ ਇਹਦੇ ਬਾਰੇ? ਹਾਂਜੀ, ਆ ਲੈਟਰਾਈਟ ਮਿੱਟੀ ਤੇ ਆ ਲਾਲ ਮਿੱਟੀ ਹੈ, ਪਹਾੜਾਂ ਵਿੱਚ ਮਿਲਦੀਆਂ ਨੇ। ਆ ਕਾਲੀ ਮਿੱਟੀ ਹੈਗੀ, ਇਹ ਦਰਿਆਵਾਂ 'ਤੇ ਮਿਲਦੀ ਆ। ਆ ਜਲੋੜ ਮਿੱਟੀ ਆ, ਇਹ ਪੰਜਾਬ ਵਿੱਚ ਮਿਲਦੀ ਆ। ਆ ਖੁਸ਼ਕ ਰੇਤਲੀ ਮਿੱਟੀ ਹੈ, ਰਾਜਸਥਾਨ ਵਿੱਚ ਮਿਲਦੀ ਆ। ਆ ਪਰਬਤੀ ਮਿੱਟੀ ਹੈ, ਪਰਬਤਾਂ ਵਿੱਚ ਮਿਲਦੀ ਆ। ਠੀਕ ਹੈ ਜੀ। ਕੀ ਨਾਮ ਹੈ ਬੱਚੇ ਆਪਣਾ? ਲਵਪ੍ਰੀਤ ਕੌਰ। ਕੀ ਮਾਡਲ ਬਣਾਇਆ ਤੁਸੀਂ? ਜਵਾਰ ਭੱਟਾ। ਦੱਸੋ ਇਹਦੇ ਬਾਰੇ ਥੋੜ੍ਹਾ। ਇਹ ਹੈਗਾ ਸੂਰਜ, ਇਹ ਹੈਗੀ ਪ੍ਰਿਥਵੀ ਅਤੇ ਇਹ ਹੈਗਾ ਚੰਨ। ਇਹ ਤਿੰਨੋਂ ਮਿਲ ਕੇ 90 ਡਿਗਰੀ ਦਾ ਕੋਣ ਬਣਾਉਂਦੇ ਨੇਗੇ। ਜੋ ਪ੍ਰਿਥਵੀ ਦੇ ਵਿੱਚ ਪਾਣੀ ਉੱਤੇ ਉੱਠਦਾ ਗਾ ਉਹਨੂੰ ਜਵਾਰ ਕਹਿੰਦੇ ਹੈਗੇ, ਜਦੋਂ ਦੁਬਾਰਾ ਵਾਪਸ ਨੀਚੇ ਜਾਂਦਾ ਉਹਨੂੰ ਭੱਟਾ ਕਹਿੰਦੇ ਹੈਗੇ। ਇਹ ਹੈਗਾ ਵੱਡਾ ਜਵਾਰ ਭੱਟਾ। ਵੱਡੇ ਜਵਾਰ ਭੱਟੇ ਦੇ ਵਿੱਚ ਮੱਸੇ ਵਾਲੇ ਦਿਨ ਚੰਨ ਵਿਚਾਲੇ ਹੁੰਦਾ, ਸੂਰਜ ਇੱਧਰ ਹੁੰਦਾ ਅਤੇ ਪ੍ਰਿਥਵੀ ਇੱਧਰ ਹੁੰਦੀ ਹੈਗੀ। ਇਹ ਨਾ ਇਹਦੇ ਵਿੱਚੋਂ ਪ੍ਰਿਥਵੀ ਦੇ ਵਿੱਚੋਂ ਦੋਨੇ ਪਾਣੀ ਖਿੱਚਦੇ ਹੈਗੇ, ਅਤੇ ਪੂਰਨਮਾਸੀ ਵਾਲੇ ਦਿਨ ਸੂਰਜ ਇੱਧਰ ਹੁੰਦਾ, ਪ੍ਰਿਥਵੀ ਵਿਚਾਲੇ ਹੁੰਦੀ ਹੈ ਅਤੇ ਚੰਨ ਇੱਧਰ ਹੁੰਦਾ ਵਾ। ਸੂਰਜ ਇੱਧਰੋਂ ਪਾਣੀ ਖਿੱਚਦਾ ਅਤੇ ਨਾ ਚੰਦ ਇੱਧਰੋਂ ਖਿੱਚਦਾ ਵਾ। ਇਹ ਪਾਣੀ ਕਿੱਥੋਂ ਲੈਂਦੇ ਨੇ? ਪ੍ਰਿਥਵੀ ਤੋਂ। ਪ੍ਰਿਥਵੀ ਤੋਂ। ਪ੍ਰਿਥਵੀ ਦੇ ਵਿੱਚ ਪਾਣੀ ਕਿੱਥੇ ਹੁੰਦਾ? ਸਮੁੰਦਰ। ਸਮੁੰਦਰ ਦੇ ਵਿੱਚ। ਇਹ ਜਿਹੜੀ ਸਾਰਾ ਮਤਲਬ ਜਵਾਰ ਭੱਟੇ ਦਾ ਜਿਹੜਾ ਸਿਸਟਮ ਹੈ ਸਮੁੰਦਰ ਦੇ ਵਿੱਚ ਹੁੰਦਾ ਹੈ। ਠੀਕ ਹੈ ਜੀ। ਜੋਤ। ਕਿਹੜੀ ਕਲਾਸ ਦੇ ਸਟੂਡੈਂਟ ਹੋ? 7th ਬੀ। ਅੱਛਾ, ਕੀ ਮਾਡਲ ਬਣਾਇਆ ਬੱਚੇ? ਇਹ ਵਾਤਾਵਰਨ ਦੇ ਮੰਡਲ, ਸਿਰਫ ਵਾਯੂਮੰਡਲ ਮਤਲਬ ਸੂਰਜ ਚੰਦ ਹੋ ਗਏ ਜੀ, ਆ ਸਾਰਾ ਬ੍ਰਹਿਮੰਡ ਆ ਜੀ। ਜੀਵ ਮੰਡਲ ਮਤਲਬ ਪੌਦੇ ਹੋ ਗਏ, ਪਲਾਂਟ ਹੋ ਗਏ, ਪੰਛੀ ਜਾਨਵਰ ਹੋ ਗਏ, ਆਹ ਸਾਰੇ ਜੀਵ ਮੰਡਲ 'ਚ ਆ ਜਾਂਦੇ ਨੇ ਜੀ। ਠੀਕ ਹੈ ਜੀ। ਆਹ ਥਲ ਮੰਡਲ ਹੋ ਗਿਆ, ਜਿਵੇਂ ਜ਼ਮੀਨ ਵਿੱਚ ਜੀ, ਪਹਾੜ ਆ ਗਏ ਜੀ, ਜਿਵੇਂ ਆਹ ਜਲ ਮੰਡਲ ਮਤਲਬ ਨਹਿਰ, ਦਰਿਆ, ਸਮੁੰਦਰ। ਆਹ ਜੀਵ ਜਲ ਮੰਡਲ, ਥਲ ਮੰਡਲ, ਵਾਯੂਮੰਡਲ ਨੂੰ ਬੁਲਾ ਕੇ ਜੀ ਜੀਵ ਮੰਡਲ ਬਣ ਜਾਂਦਾ। ਠੀਕ ਹੈ ਜੀ। ਕੀ ਮਾਡਲ ਬਣਾਇਆ ਤੁਸੀਂ? ਇਹ ਜਵਾਲਾਮੁਖੀ ਜੀ। ਜਵਾਲਾਮੁਖੀ, ਠੀਕ ਹੈ, ਦੱਸੋ ਇਹਦੇ ਬਾਰੇ, ਜਵਾਲਾਮੁਖੀ ਬਾਰੇ। ਇਹ ਜਵਾਲਾਮੁਖੀ ਇਹਨਾਂ ਨੂੰ ਲਾਵੇ ਨੂੰ ਅਸੀਂ ਮੈਗਮਾ ਆਖਦੇ ਹਾਂ, ਜਿਹੜੇ ਗਰਮ ਥੱਲੇ ਗਰਮ ਪਦਾਰਥ ਹੁੰਦੇ ਨੇ ਧਰਤੀ ਵਿੱਚ, ਇਹ ਪਾੜ ਕੇ ਬਾਹਰ ਆ ਜਾਂਦੇ, ਕਮਜ਼ੋਰ ਸਤਹ ਵਿੱਚੋਂ ਬਾਹਰ ਆ ਜਾਂਦੇ ਨੇ ਜੀ। ਇਹ ਪਹਾੜੀ ਖੇਤਰਾਂ ਵਿੱਚ ਹੁੰਦੇ ਨੇ ਜੀ, ਅਤੇ ਇਹਨਾਂ ਦੀ ਕਈ ਕਿਸਮਾਂ ਹੁੰਦੀਆਂ ਨੇ ਜੀ। ਜਵਾਲਾਮੁਖੀ ਕਿੱਥੇ ਜ਼ਿਆਦਾ ਨਿਕਲਦੇ ਨੇ? ਜਵਾਲਾਮੁਖੀ ਇਹ ਅਮਰੀਕਾ 'ਚ ਜੀ, ਪਹਾੜੀ ਖੇਤਰਾਂ ਵਿੱਚ ਜੀ ਨਿਕਲਦੇ ਹਨ, ਜਪਾਨ ਵਗੈਰਾ ਦੇ ਵਿੱਚ ਨਿਕਲਦੇ ਨੇ। ਠੀਕ ਹੈ ਜੀ। ਨਾਮ ਬੱਚੇ ਆਪਣਾ? ਸਤਨਾਮ ਸਿੰਘ ਜੀ। ਤੁਸੀਂ ਕੀ ਮਾਡਲ ਤਿਆਰ ਕੀਤਾ ਹੈ? ਵਾਤਾਵਰਨ ਵਾਯੂਮੰਡਲ ਦੀ ਮੰਤਰੀ। ਵਾਯੂਮੰਡਲ ਦੀ ਮੰਤਰ। ਇਹ ਤੁਸੀਂ ਗੈਸਾਂ ਲਿਖੀਆਂ ਹੋਈਆਂ ਨੇ? 5 ਤਰ੍ਹਾਂ ਦੀਆਂ ਗੈਸਾਂ ਨੇ ਜੀ, ਨਾਈਟ੍ਰੋਜਨ, ਆਕਸੀਜਨ, ਆਰਗਨ, ਕਾਰਬਨ ਡਾਈਆਕਸਾਈਡ, ਹਾਈਡਰੋਜਨ। ਮਾਤਰਾ ਜੀ, ਨਾਈਟ੍ਰੋਜਨ 78.03%, ਆਕਸੀਜਨ 20.99%, ਆਰਗਨ 0.94%, ਕਾਰਬਨ ਡਾਈਆਕਸਾਈਡ 0.03%, ਹਾਈਡਰੋਜਨ 0.01%। ਨਾਈਟ੍ਰੋਜਨ ਗੈਸ ਦਾ ਸਾਨੂੰ ਕੀ ਫਾਇਦਾ ਹੈ? ਸਾਹ ਲੈਣ ਲਈ। ਨਾਈਟ੍ਰੋਜਨ ਪੌਦਿਆਂ ਨੂੰ ਵਧਣ ਫੁੱਲ ਤੇ ਆਕਸੀਜਨ ਸਾਹ ਲੈਣ ਲਈ ਜੀ। ਆਰਗਨ ਧੂੜ ਕਾਣੇ ਜੀ, ਹੋ ਜੀ। ਕਾਰਬਨ ਡਾਈਆਕਸਾਈਡ ਪੌਦਿਆਂ ਸਾਹ ਹੋਈ ਸਾਹ ਲੈਣ, ਅਸੀਂ ਜੋ ਸਾਹ ਛੱਡਦੇ ਹਾਂ ਉਹ ਕਾਰਬਨ ਡਾਈਆਕਸਾਈਡ ਛੱਡਦੇ ਹਾਂ, ਉਹ ਪੌਦੇ ਲੈਂਦੇ ਆ ਅਤੇ ਉਹ ਆਕਸੀਜਨ ਆਪਾਂ ਨੂੰ ਦਿੰਦੇ ਆ ਉਹਦੇ ਬਦਲੇ, ਕਾਰਬਨ ਡਾਈਆਕਸਾਈਡ ਦੇ ਬਦਲੇ। ਠੀਕ ਹੈ ਬੱਚੇ, ਥੈਂਕ ਯੂ। ਗਰਮ ਹੋ ਕੇ ਉੱਪਰ ਨੂੰ ਉੱਠਣ ਲੱਗ ਜਾਂਦੀਆਂ ਨੇ ਜੀ। ਠੀਕ ਹੈ ਜੀ। ਉੱਪਰ ਆ ਕੇ ਠੰਡੀਆਂ ਹੋ ਕੇ ਜੀ, ਠੰਡੀਆਂ ਹੋ ਕੇ ਜਲ ਕਣ ਦੇ ਰੂਪ ਵਿੱਚ ਜੀ ਬੱਦਲ ਬਣ ਕੇ ਨੀਚੇ ਧਰਤੀ 'ਤੇ ਡਿੱਗਣ ਲੱਗ ਪੈਂਦੀਆਂ ਨੇ। ਠੀਕ ਹੈ ਜੀ। ਹਾਂਜੀ ਬੱਚੇ, ਕੀ ਨਾਮ ਆਪਣਾ? ਹਰਪ੍ਰੀਤ ਕੌਰ। ਕਿਹੜੀ ਕਲਾਸ ਦੇ ਸਟੂਡੈਂਟ ਹੋ? 8th ਕਲਾਸ ਦੇ। ਕੀ ਮਾਡਲ ਬਣਾਇਆ ਤੁਸੀਂ? ਹਵਾ ਪ੍ਰਦੂਸ਼ਣ।
ਜਿਵੇਂ ਕਿ ਤੁਸੀਂ ਆਹ ਫੈਕਟਰੀਆਂ ਦੇਖਦੇ ਹੋ, ਇਹਨਾਂ ਵਿੱਚੋਂ ਜੋ ਧੂੰਆਂ ਨਿਕਲਦਾ ਹੈ ਉਹ ਹਵਾ ਵਿੱਚ ਮਿਲ ਜਾਂਦਾ ਅਤੇ ਹਵਾ ਪ੍ਰਦੂਸ਼ਣ ਹੋ ਜਾਂਦੀ ਹੈ, ਜਿਸ ਨਾਲ ਕਈ ਹਾਨੀਕਾਰਕ ਕੈਂਸਰ ਪੈਦਾ ਹੁੰਦੀਆਂ ਨੇ, ਜਿਸ ਨਾਲ ਮਨੁੱਖ ਨੂੰ ਕਈ ਤਰ੍ਹਾਂ ਦੇ ਰੋਗ ਵੀ ਲੱਗ ਜਾਂਦੇ ਨੇ ਅਤੇ ਇਸ ਨਾਲ ਆਕਸੀਜਨ ਦੀ ਕਮੀ ਵੀ ਆਉਂਦੀ ਹੈ। ਇਸ ਲਈ ਸਾਨੂੰ ਇਹਨਾਂ ਫੈਕਟਰੀਆਂ ਦੇ ਧੂੰਏ ਨੂੰ ਰੋਕਣ ਲਈ ਵਿਗਿਆਨਿਕ ਢੰਗਾਂ ਦੀ ਵਰਤੋਂ ਲੈਣੀ ਚਾਹੀਦੀ ਹੈ, ਜਿਵੇਂ ਕਿ ਇਹਨਾਂ ਫੈਕਟਰੀਆਂ ਦੇ ਧੂੰਏ ਉੱਤੇ ਪਾਣੀ ਪਾ ਕੇ ਅਸੀਂ ਧੂੰਆਂ ਬੰਦ ਕਰ ਸਕਦੇ ਹਾਂ, ਜਿਸ ਨਾਲ ਧੂੰਏ ਦੇ ਕਣ ਹੇਠਾਂ ਬੈਠ ਜਾਂਦੇ ਹਨ। ਜਿਵੇਂ ਤੁਸੀਂ ਇਹ ਕਾਰਾਂ ਦੇਖ ਰਹੇ ਹੋ, ਇਹ ਧੂੰਆਂ ਛੱਡਦੀਆਂ ਹਨ, ਜਿਵੇਂ ਇਹ ਇਹ ਕਾਰ ਹੈ, ਇਹ ਧੂੰਆਂ ਛੱਡਦੀ ਹੈ ਅਤੇ ਦੂਸਰੀ ਗੱਡੀ 'ਤੇ ਧੂੰਆਂ ਲੱਗਦਾ ਹੈ, ਜਿਸ ਨਾਲ ਦੁਰਘਟਨਾ ਹੋਣ ਦੇ ਕਾਰਨ ਬਣੇ ਰਹਿੰਦੇ ਹਨ। ਇਹ ਪ੍ਰਦੂਸ਼ਣ ਫੈਲਣ ਦੇ ਕਾਰਨ ਕਾਰਖਾਨੇ, ਆਵਾਜਾਈ ਦੇ ਸਾਧਨ, ਕੂੜਾ ਕਰਕਟ, ਫਸਲਾਂ ਨੂੰ ਅੱਗ ਲਗਾਉਣਾ, ਤਾਂ ਕਿ ਕੂੜਾ ਕਰਕਟ ਨੂੰ ਜਿਸ ਤਰ੍ਹਾਂ ਅਸੀਂ ਐਂ ਸੁੱਟ ਦਿੰਦੇ ਹਾਂ, ਸਾਨੂੰ ਐਵੇਂ ਨਹੀਂ ਸੁੱਟਣਾ ਚਾਹੀਦਾ। ਪ੍ਰਦੂਸ਼ਣ ਵਿੱਚ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਸਲਫਰ ਆਕਸਾਈਡ ਹੁੰਦੀਆਂ ਹਨ। ਜਿਵੇਂ ਕਿ ਤੁਸੀਂ ਆਹ ਦਰਖਤ ਦੇਖ ਰਹੇ ਹੋ, ਜੇਕਰ ਅਸੀਂ ਇਹਨਾਂ ਨੂੰ ਲਗਾਤਾਰ ਕੱਟਦੇ ਗਏ ਤਾਂ ਸਾਨੂੰ ਆਕਸੀਜਨ ਲੈਣੀ ਬਹੁਤ ਔਖੀ ਹੋ ਜਾਵੇਗੀ, ਜਿਸ ਆਕਸੀਜਨ ਨਾਲ ਅਸੀਂ ਸਾਹ ਲੈਂਦੇ ਹਾਂ ਤਾਂ ਸਾਨੂੰ ਸਾਹ ਨਹੀਂ ਆਵੇਗਾ, ਕਿਉਂਕਿ ਜੋ ਪੌਦੇ ਹੁੰਦੇ ਹਨ ਉਹ ਕਾਰਬਨ ਡਾਈਆਕਸਾਈਡ ਲੈਂਦੇ ਹਨ ਅਤੇ ਆਕਸੀਜਨ ਛੱਡਦੇ ਹਨ। ਜੇ ਅਸੀਂ ਆਕਸੀਜਨ ਲੈਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਾਂ, ਜੋ ਕਿ ਪੌਦਿਆਂ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ ਅਤੇ ਸਾਡੇ ਲਈ ਆਕਸੀਜਨ ਬਹੁਤ ਲਾਭਦਾਇਕ ਹੁੰਦੀ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਵਾਤਾਵਰਨ ਵਿੱਚ ਅੱਜ ਬਹੁਤ ਹੀ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ ਹੈ, ਜਿਸ ਕਾਰਨੇ ਮਨੁੱਖਾਂ ਨੂੰ ਬਹੁਤ ਜ਼ਿਆਦਾ ਰੋਗ ਲੱਗ ਜਾਂਦੇ ਹਨ, ਜਿਸ ਕਾਰਨ ਉਹਨਾਂ ਦਾ ਜੀਵਨ ਖਤਰੇ ਵਿੱਚ ਆ ਜਾਂਦਾ ਹੈ। ਸਾਨੂੰ ਵੱਧ ਆਕਸੀਜਨ ਦੇ ਲਈ ਕੀ ਉਪਰਾਲੇ ਕਰਨੇ ਚਾਹੀਦੇ ਨੇ? ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਜਿੱਥੇ ਫੈਕਟਰੀਆਂ ਹੁੰਦੀਆਂ ਹਨ ਉੱਥੇ ਗ੍ਰੀਨ ਪੱਟੀ ਹੋਣੀ ਚਾਹੀਦੀ ਹੈ, ਤਾਂ ਕਿ ਉਸਦੇ ਆਲੇ ਦੁਆਲੇ ਜ਼ਿਆਦਾ ਤੋਂ ਜ਼ਿਆਦਾ ਰੁੱਖ ਲੱਗੇ ਹੋਣ ਤਾਂ ਸਾਨੂੰ ਸਾਹ ਲੈਣ ਦੇ ਵਿੱਚ ਦਿੱਕਤ ਨਹੀਂ ਆਵੇਗੀ। ਧੰਨਵਾਦ। ਕੀ ਨਾਮ ਹੈ ਬੱਚੇ ਆਪਣਾ? ਸਿਮਰਨ ਕੌਰ ਜੀ। ਸਿਮਰਨ ਕੌਰ, ਕਿਹੜੀ ਕਲਾਸ ਦੇ ਸਟੂਡੈਂਟ ਹੋ? 6th ਦੇ ਜੀ। 6ਵੀਂ ਕਲਾਸ ਦੇ। ਕੀ ਬਣਾਇਆ ਤੁਸੀਂ ਨੇ? ਮਹਾਦੀਪ, ਮਹਾਸਾਗਰ ਅਤੇ ਮਹਾਦੀਪ ਜੀ। ਹਾਂ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਥੋੜ੍ਹੀ। ਜੀ, ਭਾਰਤ ਦੇ ਜੀ 7 ਮਹਾਦੀਪ ਨੇ ਜੀ, ਉੱਤਰੀ ਅਮਰੀਕਾ ਜੀ, ਦੱਖਣੀ ਅਮਰੀਕਾ ਜੀ, ਯੂਰਪ, ਅਫਰੀਕਾ ਜੀ, ਏਸ਼ੀਆ ਜੀ, ਆਸਟ੍ਰੇਲੀਆ ਜੀ, ਅੰਟਾਰਕਟਿਕਾ ਜੀ। ਠੀਕ ਹੈ। ਹਾਂਜੀ, ਕੀ ਨਾਮ ਹੈ ਬੱਚੇ ਆਪਣਾ? ਮਨਦੀਪ ਕੌਰ ਜੀ। ਕੀ ਮਾਡਲ ਬਣਾਇਆ ਤੁਸੀਂ? ਧਰਤੀ ਦਾਨਿਕ ਕਰਦੀ ਜੀ। ਹਾਂਜੀ, ਥੋੜ੍ਹਾ ਜਿਹਾ ਬਾਰੇ ਜਾਣਕਾਰੀ ਦੇ ਦਿਓ ਸਾਨੂੰ। ਹਾਂਜੀ, ਸੂਰਜ ਦੀਆਂ ਕਿਰਨਾਂ ਜਦੋਂ ਧਰਤੀ 'ਤੇ ਪੈਂਦੀਆਂ ਨੇ ਤਾਂ ਜੀ ਇੱਧਰਲੇ ਪਾਸੇ ਦਿਨ ਹੁੰਦਾ ਜੀ, ਜਿਹੜਾ ਉਹਦਾ ਪਿਛਲਾ ਪਾਸੇ ਰਹਿ ਜਾਂਦਾ ਉਹਦਾ ਰਾਤ ਹੁੰਦੀ ਹੈ ਜੀ। ਅੱਛਾ, ਇਹਦੇ ਵਿੱਚ ਤੁਸੀਂ ਇਹ ਦਿਖਾਇਆ ਮਤਲਬ ਦਿਨ ਅਤੇ ਰਾਤ ਵੀ ਕਦੋਂ ਹੁੰਦਾ? ਖੁਸ਼ਪ੍ਰੀਤ ਕੌਰ। ਖੁਸ਼ਪ੍ਰੀਤ ਕੌਰ, ਕਿਹੜੀ ਕਲਾਸ ਦੇ ਸਟੂਡੈਂਟ ਹੋ? 8ਵੀਂ ਬੀ। 8ਵੀਂ ਬੀ, ਤੁਸੀਂ ਕੀ ਮਾਡਲ ਬਣਾਇਆ? ਏਅਰ ਪੋਲਿਊਸ਼ਨ ਬਣਾਇਆ। ਓਕੇ, ਤੁਹਾਡੇ ਕਿਹੜੇ ਟੀਚਰ ਨੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਵੀ ਤੁਸੀਂ ਇਹ ਮਾਡਲ ਬਣਾਓ? ਮਿਸਟਰ ਜਨਰੈਲ ਸਿੰਘ ਜੀ। ਓਕੇ, ਤੁਸੀਂ ਇਹਦੇ ਵਿੱਚ ਕੀ ਦੱਸਦੇ ਹੋ? ਇਹ ਜਿਵੇਂ ਫੈਕਟਰੀਆਂ ਦਾ ਧੂੰਆਂ ਹੈ, ਹਾਂਜੀ, ਭੱਠਿਆਂ ਦਾ ਧੂੰਆਂ ਅਤੇ ਕਾਰਾਂ ਧੂੰਆਂ ਛੱਡਦੀਆਂ ਹਨ, ਹਾਂਜੀ, ਇਹ ਇਹਨਾਂ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਦਾ ਹੈ, ਜਿਸਦੇ ਵਿੱਚ ਬਹੁਤ ਭਿਆਨਕ ਬਿਮਾਰੀਆਂ ਹੁੰਦੀਆਂ ਹਨ। ਇਸ ਨਾਲ ਅਸੀਂ ਕਈ ਖਤਰਨਾਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਕੋਈ ਇਹਨਾਂ ਦੇ ਵਿੱਚ ਇੱਕ ਦੋ ਬਿਮਾਰੀਆਂ ਦੇ ਨਾਮ ਦੱਸ ਦਿਓ। ਕੈਂਸਰ, ਉਹ ਸਕਿਨ ਦੇ ਨਾਲ ਬਿਮਾਰੀਆਂ ਮਤਲਬ ਲੱਗ ਜਾਂਦੀਆਂ ਹੈਗੀਆਂ। ਹਾਂਜੀ, ਠੀਕ ਹੈ। ਐਂਡ ਜੇ ਜਿਵੇਂ ਆਹ ਰੁੱਖ ਲੱਗੇ ਹੋਏ ਨੇ, ਹਾਂਜੀ, ਰੁੱਖਾਂ ਨੂੰ ਆਪਾਂ ਕੱਟ ਦੇਵਾਂਗੇ ਤਾਂ ਜਿਹੜਾ ਆਪਾਂ ਸਾਹ ਲੈਂਦੇ ਹਾਂ ਜੀ ਉਹ ਆਪਾਂ ਨੂੰ ਨਹੀਂ ਮਿਲਦਾ। ਇਹ ਜਿਹੜੇ ਰੁੱਖ ਨੇ ਇਹ ਕਾਰਬਨ ਡਾਈਆਕਸਾਈਡ ਲੈਂਦੇ ਨੇ ਅਤੇ ਆਪਾਂ ਕਾਰਬਨ ਡਾਈਆਕਸਾਈਡ ਛੱਡਦੇ ਹਾਂ ਜੀ। ਠੀਕ ਹੈ, ਉਹ ਮਤਲਬ ਰੁੱਖ ਨੇ ਜਿਹੜੇ ਉਹ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਆ, ਹਾਂਜੀ, ਅਤੇ ਆਪਾਂ ਨੂੰ ਆਕਸੀਜਨ ਕਿੱਥੋਂ ਮਿਲਦੀ ਹੈ? ਰੁੱਖਾਂ ਤੋਂ ਜੀ। ਰੁੱਖਾਂ ਤੋਂ, ਇਸ ਲਈ ਆਪਾਂ ਨੂੰ ਰੁੱਖ ਲਾਉਣੇ ਬਹੁਤ ਜ਼ਰੂਰੀ ਨੇ। ਹਾਂਜੀ, ਤੁਸੀਂ ਕਿੰਨੇ ਰੁੱਖ ਲਾਏ ਆ? ਸਰ, ਸਾਡੇ ਖੇਤ ਵਿੱਚ ਵੀ ਬਹੁਤ ਹੈ, ਸਾਡਾ ਘਰ ਵਿੱਚ 3 ਰੁੱਖ ਹੈ। ਠੀਕ ਹੈ, ਮਤਲਬ ਹੁਣ ਤੁਸੀਂ ਰੁੱਖਾਂ ਨੂੰ ਪਹਿਲ ਦਿਓਗੇ ਵੀ ਰੁੱਖ ਵੱਧ ਤੋਂ ਵੱਧ ਲਗਾਓ? ਹਾਂਜੀ। ਠੀਕ ਹੈ ਜੀ, ਥੈਂਕ ਯੂ। ਹਾਂਜੀ ਬੱਚੇ, ਕੀ ਨਾਮ ਹੈ? ਮਨਪ੍ਰੀਤ ਕੌਰ। ਤੁਸੀਂ ਕੀ ਮਾਡਲ ਬਣਾਇਆ? ਇਹ ਲੋਕ ਸਭਾ ਦੀਆਂ ਸੀਟਾਂ ਨੇ, ਜਿਵੇਂ ਤੁਹਾਨੂੰ ਪਤਾ ਹੀ ਆਪਣੇ 29 ਰਾਜ ਨੇ, 29 ਰਾਜਾਂ, 29 ਰਾਜ ਦੇ 7 ਕੇਂਦਰ ਸ਼ਾਸਿਤ ਪ੍ਰਦੇਸ਼ ਨੇ, 29 ਰਾਜਾਂ ਦੇ ਵਿੱਚ 530 ਸੀਟਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ 15 ਸੀਟਾਂ ਨੇ, ਟੋਟਲ ਇਹਨਾਂ ਨੂੰ ਮਿਲਾ ਕੇ 545 ਸੀਟਾਂ ਨੇ। ਆਪਣੇ ਪੰਜਾਬ ਦੇ ਵਿੱਚ 13 ਸੀਟਾਂ ਨੇ, ਸਾਰਿਆਂ ਨਾਲੋਂ ਵੱਧ ਉੱਤਰ ਪ੍ਰਦੇਸ਼ 'ਚ 80 ਸੀਟਾਂ ਨੇ। ਅੱਛਾ ਜੀ। ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ, ਇਹਨਾਂ ਦੇ ਵਿੱਚ 1-1 ਸੀਟ ਹੈਗੀ, ਇਹਨਾਂ ਦੇ ਵਿੱਚ ਸਾਰਿਆਂ ਨਾਲੋਂ ਘੱਟ ਸੀਟਾਂ ਨੇ। ਠੀਕ ਹੈ, ਥੈਂਕ ਯੂ। ਵਿਧਾਨ ਸਭਾ ਦੀਆਂ ਸੀਟਾਂ ਟੋਟਲ 117 ਨੇ, ਸਭ ਤੋਂ ਵੱਧ ਅੰਮ੍ਰਿਤਸਰ 11 ਜੀ, ਅਤੇ
9 ਜਲੰਧਰ 'ਚ ਨਹੀਂ, ਹੁਸ਼ਿਆਰਪੁਰ 'ਚ 7, 8 ਪਟਿਆਲੇ 'ਚ ਨਹੀਂ, 7 ਸੰਗਰੂਰ 'ਚ ਨਹੀਂ, ਅਤੇ ਲੁਧਿਆਣੇ 'ਚ 14 ਨਹੀਂ, ਉਸ ਤੋਂ ਘੱਟ ਹੀ ਪਠਾਨਕੋਟ 'ਚ 3 ਨਹੀਂ, ਅਤੇ ਕਪੂਰਥਲਾ ਨਵਾਂਸ਼ਹਿਰ 3 ਅਤੇ ਰੂਪਨਗਰ 3, SAS ਨਗਰ 3 ਜੀ, ਉਸ ਤੋਂ ਜ਼ਿਆਦਾ ਜੀ, ਉਸ ਤੋਂ ਮਤਲਬ ਘੱਟ ਵੱਧ ਠੀਕ, ਤਰਨ ਤਾਰਨ 4 ਨੇ, ਕਪੂਰਥਲਾ 4 ਨੇ। ਠੀਕ ਹੈ ਬੱਚੇ, ਕੀ ਨਾਮ ਬੱਚੇ ਆਪਣਾ? ਜੋਤੀ ਕੌਰ। ਕਿਹੜੀ ਕਲਾਸ ਦੇ ਸਟੂਡੈਂਟ ਹੋ? 10th ਹੈ। 10th, ਤੁਸੀਂ ਕੀ ਮਾਡਲ ਬਣਾਇਆ? ਗਲੋਬ ਦੀ ਵਰਤੋਂ, ਵੀ ਉਹਦੇ ਬਾਰੇ ਦੱਸਣਾ ਹੈ। ਗਲੋਬ ਬਾਰੇ? ਹਾਂਜੀ ਹਾਂਜੀ। ਆਪਣੀ ਧਰਤੀ ਦੇ ਜੀ 2 ਧਰੁਵ ਹੁੰਦੇ ਨੇ ਜੀ, ਇੱਕ ਉੱਤਰੀ ਧਰੁਵ ਜੀ, ਇੱਕ ਦੱਖਣੀ ਧਰੁਵ ਜੀ, ਜਿਹੜੀਆਂ ਉੱਪਰ ਤੋਂ ਹੇਠਾਂ ਵੱਲ ਰੇਖਾਵਾਂ ਆਉਂਦੀਆਂ ਨੇ, ਇਹਨਾਂ ਧਰੁਵਾਂ ਨੂੰ ਕੱਟਦੀ, ਇਹਨਾਂ ਧਰੁਵ ਉੱਪਰਲੇ ਧਰੁਵ ਤੋਂ ਅਤੇ ਹੇਠਾਂ ਤੱਕ ਜੀ ਉਹਨਾਂ ਨੂੰ ਦਿਸ਼ਾਂਤਰ ਕਹਿੰਦੇ ਨੇ ਜੀ, ਜਿਹੜੀ ਅਤੇ ਇਹਨਾਂ ਨੂੰ ਜੀ ਜਿਹੜੀ ਆਪਣੇ ਗਲੋਬ ਨੇ ਜੀ ਧਰਤੀ ਨੂੰ 2 ਸਮਾਨ ਅਰਧ ਗੋਲਿਆਂ ਵਿੱਚ ਵੰਡਦੀ ਹੈ, ਉਹਨੂੰ ਭੂ ਮੱਧ ਰੇਖਾ ਕਹਿੰਦੇ ਨੇ ਜੀ, ਜਿਹੜੀਆਂ ਭੂ ਮੱਧ ਰੇਖਾ ਦੇ ਸਮਾਨ ਅੰਤਰ ਰੇਖਾਵਾਂ ਹੁੰਦੀਆਂ ਨੇ ਜੀ, ਉਹਨਾਂ ਨੂੰ ਅਕਸ਼ਾਂਸ਼ ਕਹਿੰਦੇ ਨੇ ਜੀ। ਠੀਕ ਹੈ ਜੀ। ਆਪਣੀ ਪੂਰੇ ਸੰਸਾਰ ਦਾ ਟਾਈਮ ਲਾਈਨ ਜੀ, ਵੀ ਟਾਈਮ ਕਿੱਥੋਂ ਮਿਥਿਆ ਜਾਂਦਾ ਜੀ, ਆਪਣੇ ਪੂਰੇ ਸੰਸਾਰ ਦਾ ਟਾਈਮ ਜੀ ਇੰਗਲੈਂਡ ਦੇ ਗ੍ਰੀਨਵਿਚ ਤੋਂ ਮਾਪਿਆ ਜਾਂਦਾ ਜੀ, ਅਤੇ ਆਪਣੀ ਜਿਹੜਾ ਜੀ ਭਾਰਤ ਆ ਜੀ, ਅਤੇ ਉਹਦੇ ਵਿੱਚ ਭਾਰਤ ਦਾ ਟਾਈਮ ਜੀ ਇੱਥੇ 0 ਡਿਗਰੀ ਹੁੰਦਾ ਜੀ, ਇੰਗਲੈਂਡ ਦਾ ਜੀ ਗ੍ਰੀਨਵਿਚ ਵਿੱਚ ਜੀ, ਅਤੇ ਜਿਹੜਾ ਭਾਰਤ ਆ ਜੀ ਉਹ 82 ਡਿਗਰੀ ਦਾ ਅੰਤਰ ਆ ਜੀ, ਜਦੋਂ ਜੀ ਆਪਾਂ ਇੱਕ ਦਿਸ਼ਾਂਤਰ ਤੋਂ ਅਕਸ਼ਾਂਸ਼ ਤੋਂ ਦੂਜੇ ਅਕਸ਼ਾਂਸ਼ ਵਿੱਚ ਜਾਂਦੇ ਹਾਂ, 4 ਮਿੰਟ ਦਾ ਵੀ ਉਹਦੇ ਵਿੱਚ ਜੇ ਆਪਾਂ ਨੇ ਟਾਈਮ ਪਤਾ ਕਰਨਾ ਹੋਵੇ ਜੀ, 4 ਨਾਲ ਗੁਣਾ ਕਰਨੀ ਪੈਂਦੀ ਜਿੰਨੀ ਆਪਾਂ ਨੂੰ ਡਿਗਰੀ ਦਿੱਤੀ ਹੁੰਦੀ ਹੈ ਜੀ, 330 ਮਿੰਟ ਆ ਜੂਗਾ ਜੀ, 330 ਡਿਗਰੀ ਆ ਜੂਗੀ, ਜਦੋਂ ਆਪਾਂ ਉਹਨਾਂ ਨੂੰ ਘੰਟੇ ਵਿੱਚ ਕਨਵਰਟ ਕਰਦੇ ਹਾਂ 5.5 ਘੰਟੇ ਆ ਜੂਗਾ, ਇਸ ਲਈ ਜੀ ਗ੍ਰੀਨ ਵਿੱਚ ਅਤੇ ਆਪਣੇ ਜੀ ਜਿਹੜਾ ਭਾਰਤ ਉਹਦੇ ਵਿੱਚ 5.5 ਘੰਟੇ ਦਾ। ਹਾਂਜੀ, ਕੀ ਨਾਮ ਹੈ ਬੱਚੇ ਆਪਣਾ? ਕੁਲਵਿੰਦਰ ਸਿੰਘ ਜੀ। ਕਿਹੜੀ ਕਲਾਸ ਦੇ ਸਟੂਡੈਂਟ ਹੋ? 8ਵੀਂ ਬੀ ਦਾ। 8ਵੀਂ ਬੀ। ਕੀ ਮਾਡਲ ਬਣਾਇਆ ਤੁਸੀਂ? ਜਿਹੜਾ ਇਸ ਨੇ ਡੈਮ ਬਣਾਇਆ ਜੀ, ਜਿਹੜਾ ਵਰਖਾ ਦਾ ਪਾਣੀ ਹੁੰਦਾ ਜੀ ਜਾਂ ਸਮੁੰਦਰ ਦਾ ਪਾਣੀ, ਇਹ ਸਟੋਰ ਕੀਤਾ ਜਾਂਦਾ ਜੀ ਇੱਥੇ, ਇਹਦੇ ਨਾਲ ਜੀ ਬਿਜਲੀ ਪੈਦਾ ਹੁੰਦੀ ਹੈ ਜੀ, ਉਹ 1% ਬਿਜਲੀ ਪੈਦਾ ਹੁੰਦੀ ਜੀ। ਇੰਦਰਪ੍ਰੀਤ ਸਿੰਘ ਜੀ, ਕਿਹੜੀ ਕਲਾਸ ਦੇ ਸਟੂਡੈਂਟ ਹੋ? ਅਸੀਂ 7th ਹੈ। 7th ਦੇ। ਕੀ ਮਾਡਲ ਬਣਾਇਆ ਇਹ ਤੁਸੀਂ? ਅਸੀਂ ਨੇ ਬਾਥਰੂਮ ਦੇ ਢਾਂਚੇ ਬਾਰੇ ਦੱਸਣਾ ਚਾਹੁੰਦਾ ਜੀ, ਵੀ ਇਹ 'ਚ ਕੀਕਾ ਜਿਹੜਾ ਆ ਨਹੀਂ ਹੈਗਾ ਜੀ, ਇਹਦੇ ਵਿੱਚ ਕਿਮੀ, ਇਹਦੇ ਵਿੱਚ ਹਨੇਰੀਆਂ ਹਨੂਰੀਆਂ ਮੀਂਹ ਹੋਊਗਾ ਜੀ, ਜਿਹੜਾ ਜੀ ਇਹਦੇ ਵਿੱਚ ਆਉਂਦਾ ਸਾਰਾ ਕੁਝ ਜੀ। ਮਨਦੀਪ ਕੌਰ ਜੀ। ਕਿਹੜੀ ਕਲਾਸ ਦੇ ਸਟੂਡੈਂਟ ਹੋ? 9th ਬੀ ਜੀ। 9th ਬੀ। ਤੁਸੀਂ ਜਿਹੜਾ ਇਹ ਮਾਡਲ ਬਣਾਇਆ ਕੀ ਬਣਾਇਆ? ਭਾਰਤ ਸੰਸਾਰ ਵਿੱਚ ਕਿੱਥੇ? ਹਾਂਜੀ, ਥੋੜ੍ਹੀ ਜਾਣਕਾਰੀ ਦੇ ਦਿਓ ਇਹਦੇ ਬਾਰੇ। ਇਹ ਸੰਸਾਰ ਆ, ਸੰਸਾਰ ਵਿੱਚ 7 ਮਹਾਂਦੀਪ ਹਨ। ਸਟੂਡੈਂਟ ਹੋ? 10ਵੀਂ ਜੀ। 10ਵੀਂ ਦੇ। ਤੁਸੀਂ ਕੀ ਮਾਡਲ ਬਣਾਇਆ ਇਹ? ਜਵਾਲਾਮੁਖੀ ਜੀ। ਇਹ ਵਰਕਿੰਗ ਦੇ ਵਿੱਚ ਇਹ? ਹਾਂ ਜੀ। ਚਲਾਇਓ ਇਹਨੂੰ। ਖੁਸ਼ਪ੍ਰੀਤ ਕੌਰ ਜੀ। ਖੁਸ਼ਪ੍ਰੀਤ ਕੌਰ, ਕਿਹੜੀ ਕਲਾਸ ਦੇ ਸਟੂਡੈਂਟ ਹੋ? 8th ਹੈ ਜੀ। 8th ਹੈ। ਤੁਸੀਂ ਕੀ ਮਾਡਲ ਬਣਾਇਆ ਹੈ? ਧਰਤੀ ਦੇ ਅੰਦਰੂਨੀ ਭਾਗ ਜੀ। ਧਰਤੀ ਦੇ ਅੰਦਰੂਨੀ ਭਾਗਾਂ ਤੋਂ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਆਪਾਂ ਧਰਤੀ ਦੇ ਥੱਲੇ ਤੱਕ ਵੀ ਜਾਣਕਾਰੀ ਲੈ ਸਕੀਏ। ਧਰਤੀ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ, ਚਾਪੜ, ਮੈਂਟਲ, ਕੇਂਦਰੀ ਅਤੇ ਅੰਦਰੂਨੀ ਭਾਗ। ਚਾਪੜ, ਚਾਪੜ ਦੀ ਆਮ ਮੋਟਾਈ 100 ਕਿਲੋਮੀਟਰ ਦੇ ਲਗਭਗ ਹੁੰਦੀ ਹੈ, ਇਸ ਵਿੱਚ ਸਿਲੀਕਾਨ ਅਤੇ ਐਲੂਮੀਨੀਅਮ ਵਰਗੇ ਤੱਤ ਹੁੰਦੇ ਹਨ, ਇਹ ਪਿਘਲੇ ਰੂਪ ਵਿੱਚ ਮਿਲਦੇ ਹਨ, ਇਸ ਲਈ ਇਹਨੂੰ ਸਿਆਲ ਪਰਤ ਦੇ ਨਾਮ ਨਾਲ ਜਾਣਦੇ ਹਾਂ। ਮੈਂਟਲ ਭਾਗ, ਮੈਂਟਲ ਭਾਗ, ਮੈਂਟਲ ਭਾਗ ਦੀ ਆਮ ਮੋਟਾਈ 2900 ਕਿਲੋਮੀਟਰ ਤੱਕ ਹੁੰਦੀ ਹੈ, ਇਸ ਵਿੱਚ ਸਿਲੀਕਾਨ ਅਤੇ ਮੈਗਨੇਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ, ਇਸ ਲਈ ਇਸ ਨੂੰ ਸੀਮਾ ਪਰਤ ਦੇ ਨਾਮ ਨਾਲ ਜਾਣਦੇ ਹਾਂ। ਕੇਂਦਰੀ ਭਾਗ, ਕੇਂਦਰੀ ਭਾਗ, ਕੇਂਦਰੀ ਭਾਗ ਦੀ ਮੋਟਾਈ 3470 ਕਿਲੋਮੀਟਰ ਤੱਕ ਹੁੰਦੀ ਹੈ, ਇਸ ਵਿੱਚ ਨਿਕਲ ਅਤੇ ਲੋਹਾ ਤੱਤ ਪਾਏ ਜਾਂਦੇ ਹਨ, ਇਸ ਲਈ ਇਸ ਨੂੰ ਨਾਈਫ ਪਰਤ ਦੇ ਨਾਂ ਨਾਲ ਜਾਣਦੇ ਹਾਂ। ਥੈਂਕ ਯੂ। ਖੁਸ਼ਪ੍ਰੀਤ ਕੌਰ। ਕਿਹੜੀ ਕਲਾਸ ਦੇ ਸਟੂਡੈਂਟ ਹੋ? 6th ਬੀ ਦੇ ਜੀ। ਠੀਕ ਹੈ। ਕੀ ਬਣਾਇਆ ਤੁਸੀਂ? ਇਹ ਰੇੜਾ ਜੀ, ਇਹ ਪੁਰਾਣੇ ਸਮਿਆਂ ਵਿੱਚ ਜੀ ਮਨੁੱਖ ਨੇ ਪਹਿਲਾਂ ਇਹਦੀ ਖੋਜ ਕੀਤੀ ਸੀ ਜੀ, ਉਹਨੂੰ ਇੱਧਰ ਉੱਧਰ ਸਮਾਨ ਲਿਜਾਣਾ ਔਖਾ ਲੱਗਿਆ ਤਾ ਜੀ, ਫਿਰ ਇਹ ਉਹਦੀ ਖੋਜ ਕਰਕੇ ਜੀ ਇਹਨੇ ਉੱਧਰ ਉੱਧਰ ਸਮਾਨ ਲਿਜਾਣਾ ਸ਼ੁਰੂ ਕਰ ਦਿੱਤਾ। ਹਾਂਜੀ, ਕੀ ਨਾਮ ਹੈ ਬੱਚੇ ਆਪਣਾ? ਮਨਪ੍ਰੀਤ ਕੌਰ ਜੀ। ਕਿਹੜੀ ਕਲਾਸ ਦੇ ਸਟੂਡੈਂਟ ਹੋ? 9th ਹੈ ਜੀ। 9th ਹੈ। ਕੀ ਮਾਡਲ ਬਣਾਇਆ ਤੁਸੀਂ? ਸਾਨੂੰ ਖੇਤੀ ਦੇ ਘਰ ਤੋਂ ਨਾਲ ਖੇਤੀ ਸਹਾਇਕ ਅਤੇ ਗੈਰ ਖੇਤੀ ਸਹਾਇਕ ਕਿਰਿਆਵਾਂ।
ਰਵਿੰਦਰ ਸਿੰਘ ਕਿਹੜੀ ਕਲਾਸ ਦੇ ਸਟੂਡੈਂਟ ਹੋ? 8th B। 8th B ਕੀ ਮਾਡਲ ਬਣਾਇਆ ਤੁਸੀਂ ਨੇ? ਕੰਬਾਈਨ। ਕੰਬਾਈਨ ਇਹ ਕਿਉਂ ਬਣਾਈ ਹੈ? ਕਿਉਂਕਿ ਇਹ ਸਾਡੇ ਖੇਤੀਬਾੜੀ ਦੇ ਕੰਮ ਵਿੱਚ ਬਹੁਤ ਮਹੱਤਤਾ ਰੱਖਦੀ ਹੈ। ਠੀਕ ਹੈ, ਚਲਾ ਕੇ ਦਿਖਾ ਦਿਓ। ਇਹ ਕੀ ਲੱਗਿਆ ਹੋਇਆ ਇਹਦੇ ਅੱਗੇ? ਇਹ ਕਟਰ। ਬੱਚੇ ਆਪਣਾ? ਜਸ਼ਨਦੀਪ ਸਿੰਘ ਜੀ। ਜਸ਼ਨਦੀਪ ਕਿਹੜੀ ਕਲਾਸ ਦੇ ਸਟੂਡੈਂਟ ਹੋ? 8th B ਦੇ। 8th B ਦੇ ਕੀ ਮਾਡਲ ਬਣਾਇਆ ਤੁਸੀਂ ਨੇ? ਇਹ ਮੈਂ ਟਰੱਕ ਬਣਾਇਆ ਜੀ। ਲਾਈਵ ਮਾਡਲ ਬਣਾਇਆ ਤੁਸੀਂ ਨੇ? ਹਾਂਜੀ। ਬਹੁਤ ਕਿਹੜੀ ਕਲਾਸ ਦੇ ਸਟੂਡੈਂਟ ਹੋ? 8th B ਦੇ। 8th B ਤੁਸੀਂ ਕੀ ਬਣਾਇਆ ਇਹ ਮਾਡਲ? ਮੁੱਖ ਫਸਲਾਂ ਜੀ। ਮੁੱਖ ਫਸਲਾਂ, ਜਾਣਕਾਰੀ ਦੇ ਦਿਓ ਸਾਨੂੰ ਫਸਲਾਂ ਬਾਰੇ। ਮੁੱਖ ਫਸਲਾਂ 4 ਪ੍ਰਕਾਰ ਦੀਆਂ ਹਨ। ਨੰਬਰ 1 ਅਨਾਜ ਫਸਲਾਂ, ਨੰਬਰ 2 ਰੇਸ਼ੇਦਾਰ ਫਸਲਾਂ, ਨੰਬਰ 3 ਪੇ ਫਸਲਾਂ, ਨੰਬਰ 4 ਸਬਜ਼ੀਆਂ ਅਤੇ ਫਲਦਾਰ ਫਸਲਾਂ। ਹਾਂਜੀ, ਕੀ ਨਾਮ ਹੈ ਬੱਚੇ ਆਪਣਾ? ਲਵਪ੍ਰੀਤ ਸਿੰਘ ਜੀ। ਲਵਪ੍ਰੀਤ ਸਿੰਘ ਕਿਹੜੀ ਕਲਾਸ ਦੇ ਸਟੂਡੈਂਟ ਹੋ? 10th A ਜੀ। 10th A ਕੀ ਮਾਡਲ ਬਣਾਇਆ ਤੁਸੀਂ ਨੇ? ਇਹ ਅਸੀਂ ਡੈਮ ਦੇ ਉੱਤੇ ਮਾਡਲ ਬਣਾਇਆ ਜੀ। ਇਹਦੇ ਨਾਲ ਕੀ ਤੁਸੀਂ ਸਾਨੂੰ ਦੱਸਣਾ ਕੀ ਚਾਹੁੰਦੇ ਹੋ ਤੁਸੀਂ ਜਿਹੜਾ ਇਹ ਡੈਮ ਬਣਾਇਆ? ਇਹ ਹਾਣਾ ਜੀ, ਇਹਦੇ ਪਿੱਛੇ ਗੋਬਿੰਦ ਸਾਗਰ ਝੀਲ ਬਣੀ ਹੋਇਆ ਜੀ, ਜਿਹਦੇ ਵੀ ਜਿਹਦੇ ਨਾਲ ਇਹਦੇ ਨਾਲ ਪਾਣੀ ਆਉਂਦਾ ਇਹਦੇ ਵਿੱਚ ਜੀ। ਠੀਕ ਹੈ ਜੀ। ਠੀਕ ਹੈ ਜੀ, ਅਤੇ ਆਹ ਟਰਬਾਈਨਾਂ ਨੇ ਜੀ, ਇਹ ਜਦੋਂ ਵੀ ਘੁੰਮਦੀਆਂ ਨੇ, ਇਹ ਟਰਬਾਈਨ ਹੈ? ਹਾਂ ਜੀ, ਜਦੋਂ ਹੀ ਘੁੰਮਦੀ ਹੈ ਅਤੇ ਇਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ ਜੀ। ਠੀਕ ਹੈ ਜੀ, ਅਤੇ ਉਹ ਲਾਈਟ ਵੀ ਦਿਖਾਈ ਹੋਈ ਹੈ ਜੀ। ਅੱਛਾ, ਇਹ ਜਿਹੜੀ ਇਹਦੇ ਨਾਲ ਟਰਬਾਈਨ ਨਾਲ ਬਿਜਲੀ ਪੈਦਾ ਹੋਊਗੀ, ਹਾਂਜੀ, ਉਹ ਤੁਸੀਂ ਇੱਥੇ ਐਲ ਈ ਡੀ ਦੇ ਡਿਸਪਲੇ ਕਰਵਾਈ ਹੋਈ ਹੈ ਵੀ ਬਿਜਲੀ ਇੱਦਾਂ ਨਿਕਲ ਜਾਂਦੀ ਹੈ? ਠੀਕ ਹੈ, ਅਤੇ ਇੱਕ ਇਹ ਤੁਸੀਂ ਚਾਰਟ ਵੀ ਬਣਾਇਆ ਹੋਇਆ? ਹਾਂ ਜੀ, ਇਹ ਐਂ ਦੱਸਿਆ ਹੋਇਆ ਵੀ ਇਹਦੀ ਉਚਾਈ ਹੈ ਜਿਹੜੀ ਜੀ, ਉਹ 226 ਮੀਟਰ ਹੈ ਜੀ, ਅਤੇ ਇਹਦੀ ਲੰਬਾਈ 1700 ਫੁੱਟ ਹੈ ਜੀ। ਠੀਕ ਹੈ ਜੀ, ਅਤੇ ਇਹ ਭਾਖੜਾ ਡੈਮ ਸਤਲੁਜ ਰੀਵਰ ਜੀ ਬਿਲਾਸਪੁਰ ਜਗ੍ਹਾ 'ਤੇ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ ਜੀ, ਅਤੇ ਬਿਲਾਸਪੁਰ, ਹਾਂ ਜੀ, ਇਸ ਨੂੰ ਪਹਿਲਾਂ ਵੀ ਭਾਖੜਾ ਨੰਗਲ ਡੈਮ ਵੀ ਕਿਹਾ ਜਾਂਦਾ ਸੀ ਜੀ। ਠੀਕ ਹੈ, ਇਹ ਪਹਿਲੀ ਵਾਰ 1963 ਵਿੱਚ ਭਾਖੜਾ ਡੈਮ ਬਣਿਆ ਸੀ ਜੀ। ਸਤਿ ਸ਼੍ਰੀ ਅਕਾਲ ਜੀ ਮੈਮ। ਸਤਿ ਸ਼੍ਰੀ ਅਕਾਲ ਜੀ। ਅਸੀਂ ਹਰਮਨ ਕਲਿਕਸ ਅਤੇ ਸਾਡੀ APS ਟੈਕ ਸੈਂਟਰ ਟੀਮ ਹੈ ਜੀ। ਹਾਂਜੀ, ਸਾਡਾ ਡਿਜੀਟਲ ਮੀਡੀਆ ਦਾ ਕੰਮ ਹੈ, ਅਤੇ ਅਸੀਂ ਤੁਹਾਡੇ ਤੋਂ ਜਾਣਕਾਰੀ ਚਾਹੁੰਦੇ ਹਾਂ, ਜਿਹੜਾ ਤੁਸੀਂ ਅੱਜ ਤੁਹਾਡਾ ਸਕੂਲ ਦਾ ਸੀ ਪ੍ਰੋਗਰਾਮ ਇਵੈਂਟ ਹੈ, ਹਾਂਜੀ, ਅਸੀਂ ਅੱਜ ਰਿਕਾਰਡ ਕੀਤਾ ਹੈਗਾ, ਅਤੇ ਸਾਨੂੰ ਬਹੁਤ ਵਧੀਆ ਲੱਗਿਆ। ਅਸੀਂ ਤੁਹਾਡੇ ਤੋਂ ਜਾਣਕਾਰੀ ਮੰਗ ਰਹੇ ਹਾਂ ਵੀ ਇਸ ਚੀਜ਼ ਦੇ ਨਾਲ ਸੰਬੰਧਿਤ, ਵੀ ਇਹ ਜਿਹੜਾ ਪ੍ਰੋਗਰਾਮ ਕੀਤਾ ਸੀਗਾ ਇਹ ਕਿਸ ਚੀਜ਼ ਦੇ ਨਾਲ ਸੰਬੰਧਿਤ ਸੀਗਾ, ਮਤਲਬ ਕਿਉਂ ਕੀਤਾ ਗਿਆ, ਅਤੇ ਬੱਚਿਆਂ ਦੇ ਵਿੱਚ ਇਸ ਪ੍ਰਤੀ ਕੀ ਰੁਝਾਨ ਪੈਦਾ ਹੋਣ ਵਾਲੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕੀ ਰੁਝਾਨ ਪੈਦਾ ਹੋਣਾ? ਠੀਕ ਹੈ ਜੀ, ਇਹ ਜਿਹੜਾ SST ਫੇਅਰ ਸਮਾਜਿਕ ਵਿਗਿਆਨ ਨਾਲ ਸੰਬੰਧਿਤ, ਸਮਾਜਿਕ ਵਿਗਿਆਨ ਦੇ 3 ਭਾਗ ਨੇ, ਜਿਹੜਾ ਕਿ ਇੱਕ ਤਾਂ ਇਤਿਹਾਸ ਕਹਿ ਦਿੰਦੇ ਹਾਂ, ਦੂਸਰਾ ਭੂਗੋਲ ਅਤੇ ਤੀਸਰਾ ਨਾਗਰਿਕ ਸ਼ਾਸਤਰ। ਬੱਚੇ ਸਮਾਜਿਕ ਵਿਗਿਆਨ ਮਤਲਬ ਇਤਿਹਾਸ ਨੂੰ, ਭੂਗੋਲ ਨੂੰ ਬਹੁਤ ਔਖਾ ਵਿਸ਼ਾ ਸਮਝਦੇ ਨੇ। ਅੱਜ ਦੇ ਫੇਅਰ ਤੋਂ ਮੈਨੂੰ ਲੱਗਿਆ ਵੀ ਮੇਰਾ ਜ਼ਿੰਦਗੀ ਦਾ ਇਹ ਪਹਿਲਾ ਫੇਅਰ ਹੈ ਮੈਂ ਜਿਹੜਾ ਦੇਖਿਆ। ਵੈਸੇ ਕਿਤਾਬਾਂ ਦੇ ਵਿੱਚ ਹੀ ਅਸੀਂ ਇਤਿਹਾਸ ਪੜ੍ਹਦੇ ਸੀ, ਵੀ ਬਹੁਤ ਔਖਾ ਮੰਨਦੇ ਸੀ, ਬੱਚੇ ਵੀ ਮੰਨਦੇ ਹੋਣਗੇ, ਮੰਨਦੇ ਨੇ ਬੱਚੇ ਵੀ, ਪਰ ਅੱਜ ਦਾ ਇਹ ਫੇਅਰ ਤੋਂ ਸਾਨੂੰ ਇੰਨਾ ਵਧੀਆ ਲੱਗਿਆ ਵੀ ਇਤਿਹਾਸ ਨੂੰ ਜੇ ਇਸ ਤਰ੍ਹਾਂ ਬੱਚਿਆਂ ਦੇ ਸਾਹਮਣੇ ਡਿਸਪਲੇ ਕੀਤਾ ਜਾਵੇ, ਇਕੱਲੇ ਇਕੱਲੇ ਵਿਸ਼ੇ ਨੂੰ, ਜਿਵੇਂ ਸਮਾਜਿਕ ਵਿਗਿਆਨ ਦੇ ਮਤਲਬ 14ਵੀਂ ਸਦੀ ਤੋਂ ਪਹਿਲਾਂ ਤੋਂ, ਮਤਲਬ ਬੱਚਿਆਂ ਨੂੰ, ਮਤਲਬ ਬੱਚੇ ਤਾਂ ਅੱਜ ਦੇ ਯੁੱਗ ਦੇ ਨੇ, ਬੱਚਿਆਂ ਨੂੰ ਉਸ ਤੋਂ ਪਹਿਲਾਂ ਦੀਆਂ ਗੱਲਾਂ ਜਿਹੜੀਆਂ ਉਹ ਕਿਤਾਬਾਂ 'ਚ ਨਹੀਂ ਸਿੱਖ ਸਕੇ। ਜਿਵੇਂ ਅਸੀਂ ਉਹ ਦੇਖ ਰਹੇ ਸੀ ਪਿੱਛੇ, ਇਹਨਾਂ ਨੇ ਇੱਕ ਮਾਡਲ ਬਣਾਇਆ ਸੀਗਾ, ਉਹਦੇ ਵਿੱਚ ਦਰਿਆ ਦਾ ਵੀ ਦਿੱਤਾ ਹੋਇਆ ਸੀਗਾ, ਕਿਹੜੀਆਂ ਕਿਹੜੀਆਂ ਖਾੜੀਆਂ ਹੈਗੀਆਂ ਨੇ ਆਪਣੀਆਂ, ਅਤੇ ਆਪਣੇ ਬਾਰਡਰ ਏਰੀਆ ਦੇ ਉੱਤੇ ਲੱਗਦੇ ਜਿਹੜੇ ਸੰਬੰਧਿਤ ਆਪਣੇ ਇਲਾਕੇ ਹੈਗੇ ਉਹਨਾਂ ਬਾਰੇ ਬਹੁਤ ਸੋਹਣਾ ਡਿਸਪਲੇ ਕੀਤਾ ਸੀ। ਕੁਛ ਬੱਚਿਆਂ ਨੇ ਵਾਤਾਵਰਣ ਦੇ ਨਾਲ ਸੰਬੰਧਿਤ ਆਪਣਾ ਮਾਡਲ ਤਿਆਰ ਕੀਤੇ ਸੀਗੇ, ਅਤੇ ਉਹਨਾਂ ਦੇ ਉੱਤੋਂ ਇਹ ਵੀ ਥੋੜ੍ਹੀ ਬੱਚਿਆਂ ਨੂੰ ਸੇਧ ਮਿਲਦੀ ਹੈ ਵੀ ਅਸੀਂ ਘੱਟੋ ਘੱਟ ਆਪਣਾ ਵਾਤਾਵਰਣ ਨੂੰ ਕਿੱਦਾਂ ਸੇਫ ਰੱਖ ਸਕਦੇ ਹਾਂ। ਅਤੇ ਹੁਣ ਇਹ ਜਿਹੜੇ ਤੁਸੀਂ ਇੱਦਾਂ ਦਾ ਪ੍ਰੋਗਰਾਮ ਹੈਗੇ ਆ, ਇਹ ਸਕੂਲ ਦੇ ਵਿੱਚ ਹਰ ਸਾਲ ਕਰਦੇ ਰਹਿੰਦੇ ਹੋ ਜਾਂ ਮਤਲਬ ਇਹ ਫਸਟ ਟਾਈਮ ਕੀਤਾ ਜੀ? ਹਾਂਜੀ ਸਰ, ਸਾਇੰਸ ਫੇਅਰ ਤਾਂ ਬਹੁਤ ਸਮੇਂ ਤੋਂ ਲੱਗ ਰਹੇ ਨੇ। ਠੀਕ ਹੈ ਜੀ, ਮੈਨੂੰ ਲੱਗਦਾ ਵੀ 1983 ਦੇ ਵਿੱਚ ਮੈਂ 10ਵੀਂ ਕੀਤੀ ਹੈ, ਮੈਨੂੰ ਲੱਗ ਸਾਡੇ ਸਕੂਲ ਸਮੇਂ ਵੀ ਉਦੋਂ ਨਹੀਂ ਸੀ ਸਾਇੰਸ ਫੇਅਰ ਲੱਗਦੇ, ਜਾਂ ਲੱਗਦੇ ਹੋਣਗੇ ਸਾਨੂੰ ਪਾਰਟੀਸਪੇਸ਼ਨ ਨਹੀਂ ਕਰਵਾਈ ਗਈ, ਪਰ ਮੈਂ ਜਦੋਂ ਤੋਂ ਜੋਬ ਵਿੱਚ ਆਈ ਹਾਂ 27 ਸਾਲ ਹੋ ਗਿਆ, 27 ਸਾਲਾਂ ਤੋਂ ਅਸੀਂ ਸਾਇੰਸ ਫੇਅਰ ਦੇ ਵਿੱਚ ਹੁੰਦੇ ਰਹੇ, ਬੱਚੇ ਬਹੁਤ ਕੁਝ ਸਿੱਖਦੇ ਨੇ, ਮਤਲਬ ਇਹ ਕਹਿ ਸਕਦੇ ਹਾਂ ਵੀ ਜਿਹੋ ਜਿਹੀਆਂ ਚੀਜ਼ਾਂ ਬੱਚੇ ਕ੍ਰੀਏਟਿਵ ਚੀਜ਼ਾਂ ਬਣਾਉਂਦੇ ਨੇ, ਭਵਿੱਖ ਦੇ ਵਿਗਿਆਨੀ ਕਹੇ ਜਾ ਸਕਦੇ ਨੇ, ਮਤਲਬ ਇਹ ਹੋਣੇ ਚਾਹੀਦੇ ਨੇ ਸਾਇੰਸ ਮੇਲੇ। ਅਤੇ ਜਿਹੜਾ SST ਫੇਅਰ ਆ, ਇਹ ਮੇਰੀ ਜ਼ਿੰਦਗੀ ਦਾ, ਮੇਰੀ ਜੋਬ ਦੇ ਵਿੱਚ ਪਹਿਲੀ ਵਾਰ ਲੱਗਿਆ, ਜਿਹੜਾ ਕਿ ਮੈਨੂੰ ਲੱਗਿਆ ਵੀ ਬੱਚੇ ਇਸ ਵਿਸ਼ੇ ਨੂੰ ਬਹੁਤ ਆਸਾਨੀ ਨਾਲ ਸਿੱਖ ਸਕਦੇ ਨੇ, ਬਹੁਤ ਔਖਾ ਵਿਸ਼ਾ ਮੰਨਦੇ ਨੇ ਇਸ ਨੂੰ। ਇਹ ਮੇਲਿਆਂ ਤੋਂ, ਇਸ ਤਰ੍ਹਾਂ ਦੇ ਸਾਇੰਸ ਨਾਲ ਸੰਬੰਧਿਤ ਜਿਹੜੇ ਸਮਾਜਿਕ ਵਿਗਿਆਨ ਨਾਲ ਸੰਬੰਧਿਤ ਮੇਲੇ ਨੇ, ਬੱਚਿਆਂ ਦੀ ਇਤਿਹਾਸ ਦੇ ਵਿੱਚ ਰੁਚੀ ਦੇ ਵਿੱਚ ਵਾਧਾ ਕਰਨਗੇ ਜੀ। ਅਤੇ ਇਸ ਜਿਹੜੇ ਇਹ ਸਬਜੈਕਟ ਹੈਗਾ ਸਾਇੰਸ ਫੇਅਰ ਆਪਣਾ ਸੋਰੀ ਸਮਾਜਿਕ ਸਿੱਖਿਆ ਦਾ ਜਿਹੜਾ ਫੇਅਰ ਲਾਇਆ ਸੀਗਾ, ਇਸ ਦੇ ਔਰਗੇਨਾਈਜ਼ਰ ਕੌਣ ਨੇਗੇ ਇੱਥੋਂ?
ਇਹ ਇਸਦੇ ਆਰਗਨਾਈਜ਼ਰ ਸਾਡੇ ਇਹ ਕਹਿ ਲਓ ਵੀ ਪਹਿਲਾਂ ਤਾਂ ਪ੍ਰਿੰਸੀਪਲ ਮੈਮ ਅਤੇ ਦੂਸਰੇ ਜਿਹੜੇ ਹੈ ਸਾਡੇ ਸਕੂਲ ਦੇ ਸੀਨੀਅਰ ਟੀਚਰ ਸਰਦਾਰ ਜਰਨੈਲ ਸਿੰਘ ਜੀ ਬਹੁਤ ਮਿਹਨਤੀ ਨੇ, ਬਹੁਤ ਗਿਆਨ ਦਾ ਭੰਡਾਰ ਨੇ ਜਿਹੜਾ ਸਮੇਂ ਸਮੇਂ 'ਤੇ ਬੱਚਿਆਂ ਨੂੰ ਪ੍ਰੇਅਰ ਦੇ ਵਿੱਚ, ਹੋਰ ਕਿਤੇ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਸਕੂਲ ਦੇ ਵਿੱਚ ਲੈਕਚਰ ਹੁੰਦਾ, ਬਹੁਤ ਅੱਛੀ ਜਾਣਕਾਰੀ ਬੱਚਿਆਂ ਨੂੰ ਸਮਾਜਿਕ ਵਿਗਿਆਨ ਵਿਸ਼ੇ ਦੀ ਦਿੰਦੇ ਨੇ। ਪਰ ਜਿਹੜਾ ਹੁਣ ਅਸੀਂ ਪ੍ਰੈਕਟੀਕਲੀ ਜੋ ਬੱਚਿਆਂ ਨੇ ਕਰਕੇ ਟੀਚਰਸ ਨੇ ਦੀ ਹੈਲਪ ਦੇ ਨਾਲ ਕੀਤਾ, ਮੈਨੂੰ ਲੱਗਦਾ ਇਸ ਤੋਂ ਹੋਰ ਵੀ ਜ਼ਿਆਦਾ ਬੱਚੇ ਵਧੀਆ ਢੰਗ ਨਾਲ ਸਿੱਖਣਗੇ। ਠੀਕ ਹੈ ਜੀ, ਧੰਨਵਾਦ ਜੀ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਜੀ। ਅਸੀਂ ਸਾਡੀ ਟੀਮ ਹਰਮਨ ਕਲਿਕਸ ਅਤੇ APS ਟੈਕ ਸੈਂਟਰ ਤੋਂ ਅਸੀਂ ਪਹੁੰਚੇ ਹਾਂ ਤੁਹਾਡੇ ਕੋਲ। ਅੱਜ ਤੁਹਾਡਾ ਜਿਹੜਾ ਸਕੂਲ ਦਾ ਇਵੈਂਟ ਹੈਗਾ ਅਸੀਂ ਉਹ ਰਿਕਾਰਡ ਕੀਤਾ ਹੈ, ਅਤੇ ਅਸੀਂ ਤੁਹਾਡੇ ਤੋਂ ਜਾਣਕਾਰੀ ਚਾਹੁੰਦੇ ਸੀਗੇ ਜਿਹੜਾ ਇਹ ਸਕੂਲ ਹੈ ਸਰਕਾਰੀ ਸਕੂਲ ਹੈ ਉਹਦਾ ਨਾਮ ਜਥੇਦਾਰ ਸਰਦਾਰ ਕੌਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੈ। ਉਹ ਜਿਹੜਾ ਜਥੇਦਾਰ ਕੌਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੈ ਉਹ ਨੇਮ ਦੇ ਨਾਲ ਥੋੜ੍ਹਾ ਸੰਬੰਧਿਤ ਜਿਹੜੀ ਇਤਿਹਾਸ ਹੈਗਾ ਸਾਨੂੰ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ। ਜਥੇਦਾਰ ਕੌਰ ਸਿੰਘ ਜੀ ਅੱਜ ਤੋਂ ਕੋਈ 45-50 ਸਾਲ ਪਹਿਲਾਂ ਨਮੋਲ ਪਿੰਡ ਦੇ ਸਰਪੰਚ ਹੁੰਦੇ ਸੀ। ਠੀਕ ਹੈ ਜੀ। ਵਧੀਆ ਲੈਂਡਲੋਰਡ ਪਰਿਵਾਰ ਸੀ ਅਤੇ ਇਹਨਾਂ ਨੇ ਜਦੋਂ ਇਹ ਪ੍ਰਾਇਮਰੀ ਸਕੂਲ ਬਣਿਆ ਤਾਂ ਇੱਥੇ ਸਕੂਲ ਦੇ ਵਾਸਤੇ ਜਗ੍ਹਾ ਨਹੀਂ ਸੀ। ਇਹਨਾਂ ਨੇ 6 ਵਿਘੇ 5 ਵਿਸਵੇ ਜਗ੍ਹਾ ਜਿਹੜੀ ਆ ਜਿੱਥੇ ਆਪਾਂ ਬੈਠੇ ਹਾਂ ਅਤੇ ਇਹ ਸਕੂਲ ਨੂੰ ਦਾਨ ਕੀਤੀ ਸੀ। ਠੀਕ ਹੈ ਜੀ। ਅਤੇ ਇਸ ਕਰਕੇ ਬਾਅਦ ਦੇ ਵਿੱਚ ਫਿਰ ਉਹਨਾਂ ਦੇ ਨਾਂ 'ਤੇ ਇਹ ਕਾਫੀ ਸਾਲਾਂ ਬਾਅਦ ਉਹਨਾਂ ਦੇ ਨਾਂ 'ਤੇ ਜਥੇਦਾਰ ਕੌਰ ਸਿੰਘ ਜੀ ਦੀ ਯਾਦ ਵਿੱਚ ਇਸ ਸਕੂਲ ਦਾ ਨਾਂ ਰੱਖਿਆ ਗਿਆ। ਅਤੇ ਇਸ ਸਕੂਲ ਦੇ ਵਿੱਚ ਹਰ ਸਾਲ ਕਿੰਨੇ ਕੁ ਬੱਚੇ ਪਾਸ ਆਊਟ ਹੋ ਕੇ ਬਾਹਰ ਨਿਕਲਦੇ ਆ ਜਿਹੜੀ ਮਤਲਬ ਲਾਸਟ ਕਲਾਸ 10ਵੀਂ ਤੱਕ ਦਾ ਨਾ? 10ਵੀਂ ਕਲਾਸ 'ਚੋਂ ਲਗਭਗ 70-75 ਬੱਚੇ ਅਤੇ 12ਵੀਂ ਕਲਾਸ ਦੇ ਵੀ ਲਗਭਗ 55-60 ਬੱਚੇ ਜਿਹੜੇ ਨੇ। ਠੀਕ ਹੈ। ਸਕੂਲ ਦਾ ਇਸ ਵਾਰ ਰਿਜ਼ਲਟ ਇੱਥੋਂ ਦਾ ਕਹਿੰਦੇ ਸੁਣਿਆ ਅਸੀਂ, ਕਹਿੰਦੇ ਵੀ ਬਹੁਤ ਜ਼ਿਆਦਾ ਵਧੀਆ ਆਇਆ ਅਤੇ ਪਿਛਲੇ ਸਾਲ ਵੀ ਅਸੀਂ ਟ੍ਰੇਡ ਫੇਅਰ ਤੁਹਾਡਾ ਜਿਹੜਾ ਇੱਥੇ ਲਾਇਆ ਸੀ ਫੇਅਰ ਤੁਸੀਂ ਅਸੀਂ ਅਟੈਂਡ ਕੀਤਾ ਸੀ, ਬਹੁਤ ਵਧੀਆ ਪ੍ਰੋਗਰਾਮ ਕੀਤਾ ਸੀਗਾ। ਅਤੇ ਉਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਇੱਥੇ ਸਕੂਲ ਦੇ ਵਿੱਚ ਕਿੰਨੇ ਕੁ ਪ੍ਰੋਗਰਾਮ ਕਰਦੇ ਹਾਂ ਆਪਾਂ ਵੀ ਜਿਹੜੇ ਬੱਚਿਆਂ ਨੂੰ ਇੰਸਪਾਇਰ ਕਰਦੇ ਨੇ ਵੀ ਐਜੂਕੇਸ਼ਨ ਦੇ ਪ੍ਰਤੀ? ਐਜੂਕੇਸ਼ਨ ਦੇ ਪ੍ਰਤੀ ਜੋ ਜੋ ਵੀ ਡਿਪਾਰਟਮੈਂਟ ਵੱਲੋਂ ਚਿੱਠੀਆਂ ਆਉਂਦੀਆਂ ਨੇ, ਹਦਾਇਤਾਂ ਆਉਂਦੀਆਂ ਨੇ, ਸਾਡੇ ਮਾਨਯੋਗ ਪ੍ਰਿੰਸੀਪਲ ਮੈਡਮ ਅਤੇ ਸਾਡਾ ਸਾਰਾ ਸਟਾਫ, ਅਸੀਂ ਹਰ ਉਹਨਾਂ ਦੇ ਚਿੱਠੀ ਦੇ ਉੱਪਰ ਫੁੱਲ ਚੜ੍ਹਾਉਂਦੇ ਹਾਂ। ਤਕਰੀਬਨ ਸਾਰੇ ਮੇਲੇ ਕਰਵਾਉਂਦੇ ਹਾਂ ਅਸੀਂ, ਜੋ ਵੀ ਫੰਕਸ਼ਨ ਸਕੂਲ ਦੇ ਵਿੱਚ ਕਰਵਾਏ ਜਾਂਦੇ ਨੇ, ਜਿਵੇਂ ਅੱਜ ਹੀ ਤੁਸੀਂ SST ਮੇਲਾ ਕਵਰ ਕੀਤਾ ਸਾਰਾ ਤੁਸੀਂ, ਅਤੇ ਅਸੀਂ ਵੀ ਇਹ ਮਤਲਬ SST ਮੇਲਾ ਜਿਹੜਾ ਵੀ ਮਤਲਬ ਸਾਡੀ ਲਾਈਫ ਦੇ ਵਿੱਚ ਪਹਿਲਾ ਮੇਲਾ ਸੀਗਾ ਜਿਹੜਾ SST ਦਾ ਲੱਗਿਆ ਹੈਗਾ ਸਕੂਲ ਦੇ ਵਿੱਚ, ਅਸੀਂ ਪਹਿਲਾ ਪ੍ਰੋਗਰਾਮ ਹੈ ਜਿਹੜਾ ਇਹ ਹੁਣ ਕਵਰ ਕੀਤਾ। ਉਹ ਕਾਰਨ ਨੇ, ਨਹੀਂ ਤਾਂ ਅੱਜ ਕੱਲ੍ਹ ਉਹ ਚੱਲ ਰਿਹਾ ਕਰੇਜ਼ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਬਹੁਤ ਕੁਛ ਹੁੰਦਾ, ਬਟ ਅਸੀਂ ਦੇਖਿਆ ਇੱਥੇ ਸਾਡੀ ਟੀਮ ਨੇ ਵੀ ਦੇਖਿਆ ਮਤਲਬ ਫਸਟ ਟਾਈਮ ਵੀ ਇੱਥੇ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਵੀ ਕਿਤੇ ਵੱਧ ਕੇ ਇਹ ਇਵੈਂਟ ਆ ਜਿਹੜਾ ਕੀਤਾ ਗਿਆ ਹੈਗਾ ਇੱਥੇ। ਅਤੇ ਸਕੂਲ ਦੇ ਬੱਚਿਆਂ ਨੂੰ ਵੀ ਮਤਲਬ ਜੋ ਮਾਡਲ ਬਣਾਏ ਗਏ ਸੀਗੇ ਉਹਨਾਂ ਬਾਰੇ ਜਾਣਕਾਰੀ ਸੀਗੀ, ਅਸੀਂ ਉਹ ਜਿਹੜੀ ਜਾਣਕਾਰੀ ਹੈਗੀ ਆ ਮਤਲਬ ਉਹ ਇਕੱਲੀ ਕਿਤਾਬੀ ਨਹੀਂ ਹੈ, ਉਹਨਾਂ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਵੀ ਉਹਨਾਂ ਨੂੰ ਮਤਲਬ ਜਾਣਕਾਰੀ ਹੈਗੀ ਆ ਉਹ ਪ੍ਰੋਪਰ। ਅਤੇ ਅਸੀਂ ਅੱਜ ਉਹਨਾਂ ਨੇ ਮਾਡਲ ਜਿਹੜੇ ਦੇਖੇ ਉਹਨੂੰ ਡਿਸਪਲੇ ਕਰਕੇ ਬੱਚਿਆਂ ਦੇ ਦਿਮਾਗ ਦੇ ਵਿੱਚ ਪੂਰੀ ਤੌਰ ਦੇ ਉੱਤੇ ਭਰਿਆ ਜਾਂਦਾ ਉਸ ਚੀਜ਼ਾਂ ਨੂੰ। ਅਤੇ ਹੁਣ ਅਸੀਂ ਤੁਹਾਡੇ ਤੋਂ ਇੱਕ ਹੋਰ ਜਾਣਕਾਰੀ ਚਾਹੁੰਦੇ ਸੀਗੇ, ਕੋਈ ਇੱਥੇ ਕੈਰੀਅਰ ਗਾਈਡੈਂਸਿੰਗ ਦੇ ਪ੍ਰਤੀ ਵੀ ਬੱਚਿਆਂ ਦੇ ਕੋਈ ਔਰਗਨਾਈਜ਼ ਹੁੰਦਾ ਇੱਥੇ ਕੋਈ ਪ੍ਰੋਗਰਾਮ? ਹਾਂਜੀ, ਸਮੇਂ ਸਮੇਂ ਸਿਰ ਇੱਥੇ ਕੈਰੀਅਰ ਗਾਈਡੈਂਸ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਸਰਦਾਰ ਜਰਨੈਲ ਸਿੰਘ ਜੀ ਇਹਦੇ ਇੰਚਾਰਜ ਨੇ ਕੈਰੀਅਰ ਗਾਈਡੈਂਸ ਦੇ। ਠੀਕ ਹੈ ਜੀ। ਅਤੇ ਪ੍ਰੇਅਰ ਦੇ ਵਿੱਚ ਤਕਰੀਬਨ ਹਰ ਹਫ਼ਤੇ ਜਿਹੜਾ ਬੱਚਿਆਂ ਨੂੰ 10ਵੀਂ ਤੋਂ ਬਾਅਦ 12ਵੀਂ ਤੋਂ ਬਾਅਦ ਹੋਣ ਵਾਲੇ ਕੋਰਸਾਂ ਬਾਰੇ ਜਾਂ ਕਿਹੜੇ ਕਿਹੜੇ ਮੌਜੂਦਾ ਹੋਰ ਅੱਜ ਕੱਲ੍ਹ ਰੁਝਾਨ ਚੱਲ ਰਹੇ ਨੇ ਜਿਵੇਂ ਐਲਟਸ ਵਗੈਰਾ ਦੇ, ਬੱਚਿਆਂ ਨੂੰ ਸਾਰੀਆਂ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਕੈਰੀਅਰ ਗਾਈਡੈਂਸ ਦੇ ਦੌਰਾਨ। ਹਾਂਜੀ, ਸਤਿ ਸ਼੍ਰੀ ਅਕਾਲ। ਠੀਕ ਆ। ਅਸੀਂ ਤੁਹਾਡੇ ਸਕੂਲ ਦੇ ਵਿੱਚ ਪਹੁੰਚੇ ਹਾਂ ਜਥੇਦਾਰ ਕੌਰ ਸਿੰਘ ਸਕੂਲ ਦੇ ਵਿੱਚ ਜੀ। ਅਸੀਂ ਇੱਥੇ ਦੇਖਿਆ ਵੀ ਜਿਹੜਾ ਇੱਥੇ ਦਾ ਵਾਤਾਵਰਨ ਮਾਹੌਲ ਹੈਗਾ ਸਕੂਲ ਦਾ, ਬਹੁਤ ਹਰਿਆਲੀ ਭਰਿਆ ਹੈਗਾ। ਇਹ ਤੁਸੀਂ ਮਤਲਬ ਇਹਨੂੰ ਕਿਸ ਤਰ੍ਹਾਂ ਤਰੀਕੇ ਨਾਲ ਮੈਨੇਜ ਕਰਦੇ ਹੋ, ਕਿਉਂਕਿ ਸਕੂਲ ਦਾ ਜਿਹੜਾ ਸਾਰਾ ਸਟਾਫ ਹੈ ਮੋਸਟਲੀ ਵੀ ਬਹੁਤ ਜ਼ਿਆਦਾ ਬਿਜ਼ੀ ਰਹਿੰਦਾ ਹੈ, ਕਿਉਂ ਕਾਰਨ ਹੈ ਵੀ ਸਰਕਾਰ ਨੇ ਜ਼ਿੰਮੇਵਾਰੀਆਂ ਇੰਨੀਆਂ ਲਾਈਆਂ ਹੋਈਆਂ ਨੇ, ਫਿਰ ਵੀ ਇਹਨੂੰ ਤੁਸੀਂ ਕਿਵੇਂ ਮੇਨਟੇਨ ਕੀਤਾ ਹੋਇਆ ਜੀ? ਅਸੀਂ ਇਹ ਸਕੂਲ ਨੂੰ ਹਰਾ ਭਰਿਆ ਬਣਾਇਆ, ਅਸੀਂ ਨਾ ਤਾਂ ਕਿਸੇ ਦਿਹਾੜੀ ਦੀ ਨਾ ਕਿਸੇ ਮਜ਼ਦੂਰ ਦੀ ਜ਼ਰੂਰਤ ਮਹਿਸੂਸ ਕਰਦੇ ਹਾਂ। ਅਸੀਂ ਇੱਥੇ ਆਪ ਜੇ ਕਹੀ ਚਲਾਉਣੀ ਪੈਂਦੀ ਤਾਂ ਆਪ ਕਹੀ ਚਲਾਉਂਦੇ ਹਾਂ, ਖੁਰਪਾ ਚਲਾਉਣਾ ਖੁਰਪਾ ਵੀ ਵਰਤਦੇ ਹਾਂ, ਅਤੇ ਘਾਹ ਲਾਉਣਾ ਅਸੀਂ ਆਪ ਆਪਣੇ ਹੱਥੀਂ ਲਾਉਂਦੇ ਹਾਂ, ਬੂਟੇ ਸਾਰੇ ਜਿਹੜੇ ਅਸੀਂ ਆਪਣੇ ਹੱਥੀਂ ਲਾਉਂਦੇ ਹਾਂ ਤਾਂ ਕਿ ਇਹ ਸਾਰੀ ਗ੍ਰੀਨਰੀ ਬਣੀ ਰਹੇ, ਇੱਥੇ ਧੂੜ ਮਿੱਟੀ ਨਾ ਉੱਡੇ ਅਤੇ ਸਾਰੇ ਘਾਹ ਦਿਖਾਈ ਦੇਵੇ। ਦਰੱਖਤ ਨੇ ਜਿਹੜੇ ਉਹ ਅਸੀਂ ਆਪ ਲਾਏ ਹੋਏ ਨੇ, ਇਹਨਾਂ ਦੀ ਪਰਵਰਿਸ਼ ਅਸੀਂ ਬੱਚਿਆਂ ਦੀ ਸਹਾਇਤਾ ਦੇ ਨਾਲ ਅਤੇ ਅਧਿਆਪਕਾਂ ਦੀ ਸਹਾਇਤਾ ਦੇ ਨਾਲ ਅਸੀਂ ਇਹ ਸਾਰੇ ਦੀ ਪ੍ਰੋਗਰੈਸ ਹੈ ਜਿਹੜੀ ਉਹ ਕਰ ਦਿਆਂਗੇ, ਤਾਂ ਕਿ ਬੱਚਿਆਂ ਨੂੰ ਜਿਹੜਾ ਵਾਤਾਵਰਣ ਹੈ ਸਾਫ਼ ਮਿਲ ਸਕੇ, ਹਵਾ ਜਿਹੜੀ ਸ਼ੁੱਧ ਮਿਲ ਸਕੇ, ਬਿਮਾਰੀਆਂ ਤੋਂ ਰਹਿਤ ਹੋ ਸਕਣ ਉਹ, ਅਤੇ ਪੜ੍ਹਾਈ ਦੇ ਵਿੱਚ ਉਹਨਾਂ ਦਾ ਮਨ ਹੈ ਜਿਹੜਾ ਵੱਧ ਤੋਂ ਵੱਧ
ਸਾਡੇ ਹਰ ਟੀਚਰ ਹੈ ਜਿਹੜਾ ਕੋਈ ਫੁੱਲ ਲੈ ਕੇ ਆਉਂਦਾ, ਕੋਈ ਬੂਟੇ ਲੈ ਕੇ ਆਉਂਦਾ, ਇਹ ਇਸ ਦੇ ਵਿੱਚ ਸਾਰਾ ਸਹਿਯੋਗ ਦਿੰਦੇ ਨੇ, ਸਾਰਿਆਂ ਦੀ ਬਹੁਤ ਸਹੂਲੀਅਤ ਹੈ। ਅਸੀਂ ਇੱਥੇ ਦੇਖਿਆ ਸੀਗਾ ਕਿ ਬੱਚਿਆਂ ਨੇ ਕੁਛ ਵਾਤਾਵਰਨ ਦੇ ਨਾਲ ਸੰਬੰਧਿਤ ਮਾਡਲ ਬਣਾਏ ਨੇ ਕਿ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ, ਬਟ ਅਸੀਂ ਸਕੂਲ ਦੇ ਵਿੱਚ ਆ ਕੇ ਦੇਖਿਆ ਤਾਂ ਸਕੂਲ ਬਹੁਤ ਜ਼ਿਆਦਾ ਹਰਿਆ ਭਰਿਆ ਹੈਗਾ ਬਣਿਆ ਹੋਇਆ, ਅਤੇ ਇਹ ਬੱਚੇ ਇਸ ਤੋਂ ਇੰਸਪਾਇਰ ਹੋ ਕੇ ਮਤਲਬ ਆਪਣੇ ਟੀਚਰਾਂ ਦਾ ਵੀ ਸਾਥ ਦਿੰਦੇ ਹੈਗੇ ਆ ਵੀ ਸਕੂਲ ਨੂੰ ਹਰਾ ਭਰਿਆ ਰੱਖਣ ਵਾਸਤੇ। ਸਕੂਲ ਦਾ ਮਾਹੌਲ ਹੈ ਜਿਹੜਾ ਬਹੁਤ ਜ਼ਿਆਦਾ ਸਾਫ਼ ਸੁਥਰਾ, ਪੜ੍ਹਾਈ ਦੀ ਜਿਹੜੀ ਇੱਥੇ ਕੁਆਲਿਟੀ ਹੈ ਮਤਲਬ ਉਹ ਪ੍ਰਾਈਵੇਟ ਸਕੂਲਾਂ ਤੋਂ ਕਿਤੇ ਅੱਪ ਹੈਗੀ ਹੈ। ਜਿਹੜਾ ਤੁਸੀਂ ਇਹ ਇੱਕ ਅੱਜ SST ਫੇਅਰ ਲਾਇਆ ਹੈਗਾ ਜੀ, ਉਹ ਤੁਹਾਡੇ ਕੋਲ ਆਈਡੀਆ ਕਿੱਥੋਂ ਆਇਆ ਵੀ ਮਤਲਬ ਅਸੀਂ ਕਿਉਂ ਇਹ ਕਿਉਂ ਲਾਇਆ, ਵੀ ਕਿਸ ਤਰੀਕੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਇਹ ਖਿਆਲ ਆਇਆ ਵੀ ਇਹ ਕੁਛ ਕੀਤਾ ਜਾਵੇ ਇੱਦਾਂ ਦਾ? ਮੈਨੂੰ ਤਕਰੀਬਨ 32 ਸਾਲ ਪੜ੍ਹਾਉਂਦੇ ਨੂੰ ਹੋ ਗਏ, ਮੈਂ ਦੇਖਿਆ ਸੀਗਾ ਵੀ SS ਵਿਸ਼ੇ ਨੂੰ ਬੱਚੇ ਬਹੁਤ ਹੀ ਔਖਾ ਸਮਝਦੇ ਸੀ, ਨਾ ਹੀ ਇਹ ਪ੍ਰੈਕਟੀਕਲ ਤੌਰ 'ਤੇ ਕਰਾਇਆ ਜਾਂਦਾ ਸੀਗਾ, ਨਾ ਹੀ ਇਹਦੇ ਬਾਰੇ ਕੋਈ ਰੁਝਾਨ ਹੁੰਦੇ ਸੀਗੇ। ਅਸੀਂ ਪਿਛਲੇ ਸਮਿਆਂ ਤੋਂ ਕਈ ਵਾਰੀ ਅਸੀਂ ਸੈਮੀਨਾਰ ਦੇ ਵਿੱਚ ਇਹ ਗੱਲ ਰਿਕਮੈਂਡ ਕੀਤੀ ਸੀ ਕਿ ਇਸ ਨੂੰ ਪ੍ਰੈਕਟੀਕਲ ਰੂਪ ਦਿੱਤਾ ਜਾਵੇ, ਅਤੇ ਉਹਦੇ ਤਹਿਤ ਅਸੀਂ ਵੈਸੇ ਤਾਂ ਅਸੀਂ ਕਲਾਸਾਂ ਦੇ ਵਿੱਚ ਵੀ ਅਸੀਂ ਕਰਾ ਰਹੇ ਹਾਂ ਪਹਿਲਾਂ, ਪਰ ਅਸੀਂ ਇਸ ਨੂੰ ਪ੍ਰਦਰਸ਼ਿਤ ਕੀਤਾ, ਥੋੜ੍ਹਾ ਜਿਹਾ ਸਰਕਾਰ ਵੱਲੋਂ ਵੀ ਉਪਰਾਲਾ ਕੀਤਾ ਗਿਆ, ਅਤੇ ਅਸੀਂ ਸਾਰੇ ਮਾਡਲ ਰੂਪ ਦੇ ਵਿੱਚ ਦਿਖਾਇਆ ਗਿਆ। ਜਿਵੇਂ ਅਸੀਂ ਬੱਚਿਆਂ ਨੂੰ ਕਿਤੇ ਲਿਜਾ ਨਹੀਂ ਸਕਦੇ ਤਾਂ ਬੱਚੇ ਇੱਥੇ ਜਿਵੇਂ ਪਹਾੜ ਦਿਖਾਏ ਗਏ ਨੇ, ਨਦੀਆਂ ਦਿਖਾਈਆਂ ਗਈਆਂ ਨੇ, ਖੇਤਰ ਦਿਖਾਏ ਗਏ ਨੇ, ਉਹਨਾਂ ਦੇ ਮੈਦਾਨੀ ਖੇਤਰ ਦਿਖਾਏ, ਸਾਰੇ ਅਸੀਂ ਦਿਖਾਏ ਨੇ। ਅਸੀਂ ਜੋਗ੍ਰਾਫੀ ਦੇ ਵਿੱਚ ਬ੍ਰਹਿਮੰਡ ਬਾਰੇ ਵੀ ਹੈ, ਅਸੀਂ ਉਹ ਮਾਡਲ ਬਹੁਤ ਵਧੀਆ ਤਿਆਰ ਕਰਵਾਇਆ ਸੀਗਾ, ਅਤੇ ਬੱਚੇ ਯਾਨੀ ਕਿ ਉਹ ਆਪ ਗ੍ਰਹਿ ਬਣੇ ਨੇ, ਉਹਨਾਂ ਨੇ ਆਪ ਗ੍ਰਹਿ ਬਾਰੇ ਜਾਣਕਾਰੀ ਦਿੱਤੀ ਹੈਗੀ, ਸਾਰਾ ਸੋਲਰ ਸਿਸਟਮ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਹੈਗੀ, ਅਤੇ ਡੈਮ ਨੇ ਉਹਨਾਂ ਦਾ ਬਾਰੇ ਜਾਣਕਾਰੀ ਦਿੱਤੀ ਹੈਗੀ, ਬਿਜਲੀ ਕਿੱਥੋਂ ਤਿਆਰ ਹੁੰਦੀ ਹੈ, ਕਿਵੇਂ ਤਿਆਰ ਹੁੰਦੀ ਹੈਗੀ, ਅਸੀਂ ਆਦਿ ਮਨੁੱਖ ਦੇ ਬਾਰੇ ਵਿੱਚ ਉਸਨੇ ਕਿਵੇਂ ਪ੍ਰੋਗਰੈਸ ਕੀਤੀ ਹੈ ਉਹਦੇ ਬਾਰੇ ਵਿੱਚ ਵੀ ਅਸੀਂ ਨੇ ਸਾਰੀ ਇਹ ਉਹਨਾਂ ਨੂੰ ਕਿਰਿਆਤਮਕ ਕਿਰਿਆ ਦੇ ਵਿੱਚ ਕਰਵਾ ਕੇ ਤਿਆਰੀ ਕੀਤੀ ਹੈਗੀ, ਅਤੇ ਬੱਚਿਆਂ ਨੇ ਉਹ ਆਪ ਕੀਤੀ ਹੈ, ਅਸੀਂ ਗਾਈਡੈਂਸ ਦਿੱਤੀ ਹੈ, ਬੱਚਿਆਂ ਨੇ ਸਾਰਾ ਆਪਣੇ ਹੱਥੀਂ ਕੰਮ ਤਿਆਰ ਕੀਤਾ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਕੂਲ ਦੇ ਵਿੱਚ ਆਏ ਹਾਂ ਅਸੀਂ, ਤੁਹਾਡਾ ਰਿਕਾਰਡਿੰਗ ਹੋਈ ਹੈ, ਧੰਨਵਾਦ। TPS ਟੈਕ ਸੈਂਟਰ ਹੈ ਜਿਹੜਾ, ਅਸੀਂ ਉਹਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਸਕੂਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਉੱਪਰ ਤੱਕ ਭੇਜਣ ਦੇ ਲਈ ਇਹਦੇ ਨਾਲ ਉਪਰਾਲਾ ਕੀਤਾ, ਅਤੇ ਸਾਡਾ ਜਿਹੜਾ ਸਕੂਲ ਹੈ ਇਹ ਬਹੁਤ ਵਧੀਆ ਅੱਗੇ ਅਪਗ੍ਰੇਡ ਹੋਵੇਗਾ।